ਕਦੇ ਇੱਕ ਦਿਨ ਵਿੱਚ ਬਣਦੇ ਨਾ ਰਾਜ ਜੀ, ਅਯਾਸ਼ ਹੋਵੇ ਰਾਜਾ ਮੁੱਕੇ ਸਾਮਰਾਜ ਜੀ, ਇੱਕ ਦਿਨ ਵਿੱਚ ਬਣਦੇ ਨਾ ਰਾਜ ਜੀ, ਅਯਾਸ਼ ਹੋਵੇ ਰਾਜਾ ਮੁੱਕੇ ਸਾਮਰਾਜ ਜੀ, ਉਹ ਜਸੜਾਵੇ ਗੁਣ ਗਾਲਾ ਸੱਚੀ ਸਰਕਾਰ ਦੇ, ਕਿੱਸੇ ਮੇਰੇ ਯਾਰ ਦੇ ਜੀ, ਕਿੱਸੇ ਮੇਰੇ ਯਾਰ ਦੇ, ਕਿੱਸੇ ਮੇਰੇ ਯਾਰ ਦੇ ਜੀ, ਕਿੱਸੇ ਮੇਰੇ ਯਾਰ ਦੇ, ਉਹ ਦਿਲ ਨਾਲ ਜੁੜੀ ਉਸ ਰੱਬ ਵਾਲੀ ਤਾਰ ਦੇ, ਕਿੱਸੇ ਮੇਰੇ ਯਾਰ ਦੇ ਜੀ, ਕਿੱਸੇ ਮੇਰੇ ਯਾਰ ਦੇ, ਕਿੱਸੇ ਮੇਰੇ ਯਾਰ ਦੇ ਜੀ, ਕਿੱਸੇ ਮੇਰੇ ਯਾਰ ਦੇ, ਸੌ ਦਿਨ ਚੋਰ ਦਾ ਤੇ ਇੱਕ ਸਾਧ ਦਾ, ਕੋਈ ਚੋਰੀ ਲਈ ਤੇ ਕੋਈ ਪਾਗਤੀ ਲਈ ਜਾਗਦਾ, ਕਿਰਤੀ ਦੇ ਰਹਿੰਦੀ ਆ ਮਸ਼ਾਲ ਜਾਗਦੀ, ਆਲਸ ਹੁੰਦਾ ਏ ਸਾੜੇ ਹੰਕਾਰ ਨੂੰ ਤੇ ਗੁੱਸਾ ਠਾਰ ਦੇ, ਕਿੱਸੇ ਮੇਰੇ ਯਾਰ ਦੇ ਜੀ, ਕਿੱਸੇ ਮੇਰੇ ਯਾਰ ਦੇ, ਉਹ ਦਿਲ ਨਾਲ ਜੁੜੀ ਉਸ ਰੱਬ ਵਾਲੀ ਤਾਰ ਦੇ, ਕਿੱਸੇ ਮੇਰੇ ਯਾਰ ਦੇ ਜੀ, ਕਿੱਸੇ ਮੇਰੇ ਯਾਰ ਦੇ, ਕਿੱਸੇ ਮੇਰੇ ਯਾਰ ਦੇ ਜੀ, ਕਿੱਸੇ ਮੇਰੇ ਯਾਰ ਦੇ, ਰਿਸ਼ਤੇਦਾਰੀ ਚੋਂ ਮੁੰਡਾ ਬਾਹਰੋਂ ਆਇਆ, ਆਪਣਾ ਹੀ ਜਵਾਕ ਹੈ, ਨਾਲੇ ਅਕੀਨਾ ਸੀ ਕੁੜੀ ਦਾ, ਰੋਜੀ। ਹਾਂਜੀ ਹਾਂਜੀ ਰਾਜੀ, ਰਾਜੀ ਰਾਜੀ ਸੋਹਣੀ ਸੁਨੱਖੀ ਹੈ, ਉਹ ਤਾਂ ਰਿਸ਼ਤਾ ਖੁਸ਼ ਹੋ ਕੇ ਲੈਣਗੇ, ਵਿਆਹ ਤੋਂ ਸਾਲ ਕੁ ਬਾਅਦ ਨਾਲ ਲੈ ਜਾਣਗੇ, ਆ ਤੇਰੇ ਬਾਕੀ ਜਵਾਕਾਂ ਦਾ ਵੀ ਨਜਿੱਠਿਆ ਜਾਊ, ਨਾਲੇ ਤੀਵੀਂ ਮਾਲਕ ਤੁਸੀਂ ਬਾਹਰ ਉੱਠ ਜਾਓਗੇ, ਜਾ ਕੇ ਬੇਰੀਆਂ ਦੇ ਬੇਰ ਤੋੜਿਓ ਅਤੇ ਰਾਜ ਕਰਿਓ, ਨਾਲੇ ਆ ਕਿੰਨਾ ਕੁ ਚਿਰ ਜਠਾਣੀ ਦੇ ਥੱਲੇ ਲੱਗੀ ਰਹੇਗੀ, ਭਾਂਡੇ ਮਾਂਜ ਮਾਂਜ ਤੇਰੇ ਹੱਥ ਘਸ ਗਏ ਹੈ। ਗੱਲ ਤਾਂ ਤੁਹਾਡੀ ਸਿਆਣੀ ਆ ਭੈਣ ਜੀ, ਤੁਸੀਂ ਘਰੋਂ ਗੱਲ 'ਚ ਬਣਦੀ ਹੈ। ਆ ਕੁੜੀ ਤੇਰੀ 10 ਪੜ ਗਈ ਹੈ, ਅੰਗਰੇਜ਼ੀ ਗਰੂਜੀ ਸਿਖਾ ਦਿਓ, ਸੁਖਾਲੀ ਰਹੋਗੇ। ਕੋਈ ਨਹੀਂ ਭੈਣ ਜੀ, ਅੰਗਰੇਜ਼ੀ ਵੀ ਸਿੱਖ ਲਊਗੀ, ਰਿਸ਼ਤਾ ਮਾੜਾ ਨਹੀਂ ਹੈਗਾ। ਮਾੜਾ? ਰਾਣੀ ਮੱਠੀ ਵੀ ਲੈ ਕੇ ਆਈ ਜੀ। ਮਾੜਾ ਕਿੱਥੇ, ਸੁਰਗਾਂ ਦੇ ਝੂਟੇ ਆ ਭੈਣ ਜੀ। ਭੈਣ ਜੀ ਉਵੇਂ ਇੱਕ ਗੱਲ ਸੀ, ਉਹਨਾਂ ਦੀ ਕੋਈ ਮੰਗ ਵੀ ਹੋ। ਮੰਗ ਤਾਂ ਭਾਈ ਹੈ, ਮੁੰਡਾ ਬਾਹਰੋਂ ਆਇਆ, ਲੋਕ ਤਾਂ ਨੋਟ ਚੱਕੀ ਫਿਰਦੇ ਆ, ਨਾਲੇ ਆਪਣੇ ਬੱਚਿਆਂ ਦੀ ਖਾਤਰ ਕੁਛ ਕਰਨਾ ਹੀ ਪੈਂਦਾ ਭੈਣ ਜੀ। ਚਲੋ ਠੀਕ ਹੈ ਭੈਣ ਜੀ, ਮੈਂ ਕਰਦੀ ਹਾਂ ਰਾਜੀ ਦੇ ਬਾਪੂ ਨਾਲ ਗੱਲ, ਤੁਸੀਂ ਤੋਰੋ ਗੱਲ। ਬਸ ਹੁਣ ਮੈਂ ਜਾਣਾ ਮੇਰਾ ਕੰਮ। ਰਿਸ਼ਤਾ ਤਾਂ ਮੈਨੂੰ ਠੀਕ ਲੱਗਿਆ, ਪਰਿਵਾਰ ਵੀ ਠੀਕ ਹੈ, ਪਰ
3 ਲੱਖ ਰੁਪਈਆ ਦੇਣਾ ਔਖਾ। ਦੇਖਦਾ ਮੈਂ ਕਰਦਾ ਬਾਈ ਨਾਲ ਗੱਲ। ਤੂੰ ਗੱਲ ਸਵਾਹ ਕਰਨੀ ਹੈ, ਜਦ ਕਰੂ ਪੁੱਠੀ ਗੱਲ ਕਰੂ। ਓਏ ਜੇ 3-3 ਲੱਖ ਰੁਪਈਆ ਦੇ ਕੇ ਇੱਕ ਇੱਕ ਜੌਕ ਨੂੰ ਵਿਆਹੁਣ ਲੱਗੇ ਨਾ ਤਾਂ ਸਾਰੀ ਜ਼ਮੀਨ ਵਿਕ ਜੂਗੀ। ਆ ਜਿਹੜੇ ਆਪਣੇ ਮੁੰਡੇ ਨੇ ਨਾ ਇਹ ਜਾ ਕੇ ਲੋਕਾਂ ਨਾਲ ਸੀਰੀ ਰਲਣਗੇ। ਇਹੋ ਜਿਹਾ ਰਿਸ਼ਤਾ ਆਪਾਂ ਨੂੰ ਮੁੜ ਕੇ ਨਹੀਂ ਮਿਲਣਾ। ਆਪਣੀ ਰਾਜੀ ਕੈਨੇਡਾ ਚਲੀ ਜਾਏ, ਇਹਦੇ ਵਰਗੀ ਕੀ ਰੀਸ ਹੈ। ਸਵਰਗਾਂ 'ਚ ਜਾਣ ਜਿੰਨੀ ਵੱਡੀ ਗੱਲ ਹੈ ਭੈਣ ਜੀ। ਕੈਨੇਡਾ ਤਾਂ ਚਲੀ ਜਾਊਗੀ, ਇੰਨੇ ਪੈਸੇ ਕਿੱਥੋਂ ਲਿਆਵਾਂਗੇ? ਇਹੀ ਲਿਆਊ ਆਪਦੇ ਪੇਕਿਆਂ ਤੋਂ। ਅੱਗੇ ਤਾਂ ਬਹੁਤ ਕੁਛ ਦਿੱਤਾ ਨਾ ਨਵਾਬਜ਼ਾਦਿਆਂ ਨੇ। ਤੁਹਾਨੂੰ ਕਿਸੇ ਨੂੰ ਸੋਚਣ ਦੀ ਲੋੜ ਨਹੀਂ। ਚੰਦ ਸਿਓ ਆਪਦੀ ਜ਼ਮੀਨ ਤੇ ਕਰਜ਼ਾ ਲੈ ਕੇ ਆਪਦੀ ਧੀ ਵਿਆਹ ਸਕਦਾ। ਸ਼ਰਮ ਕਰ, ਸ਼ਰਮ ਆ ਗਈ ਜ਼ਮੀਨਾਂ ਦੇ ਕਰਜ਼ੇ ਚੱਕਣ, ਪੁੱਠੀਆਂ ਪੱਟੀਆਂ ਹੀ ਪੜਾਈ ਸਾਰਿਆਂ ਨੂੰ। ਬਾਈ ਜੀ, ਮੈਨੂੰ ਤਾਂ ਇਸੇ ਗੱਲ 'ਚ ਸਿਆਣਪ ਲੱਗਦੀ ਹੈ, ਨਾਲੇ ਮੈਨੂੰ ਇਹਦੇ 'ਚ ਕੋਈ ਹਰਜ ਵੀ ਨਹੀਂ ਲੱਗਦਾ। ਤੇਰੀ ਸਿਆਣਪ ਨੇ ਤਾਂ ਬੜੇ ਚੰਨ ਚਾੜਦੇ ਪਹਿਲਾਂ ਹੈ, ਅੱਜ ਤੱਕ ਸਿਆਣਪ ਵਾਲੀ ਗੱਲ ਕਿਹੜੀ ਕੀਤੀ ਆ? ਦੱਸ, ਤੁਸੀਂ ਕਦੇ ਕੁਝ ਕਰਨ ਦਾ ਮੌਕਾ ਦਿੱਤਾ ਵੇ ਤਾਂ ਏ ਮੌਕੇ ਦਵਾਂ ਤੈਨੂੰ ਸਿਆਣਪ ਦੇ। ਓਏ ਜੇ ਤੁਹਾਡੀ ਸਿਆਣਪ ਤੇ ਛੱਡਿਆ ਹੁੰਦਾ ਨਾ ਤਾਂ ਜਿਹੜੀਆਂ 4 ਜੁਲੀਆਂ ਨੇ ਖਾਧੀਆਂ ਵਿੱਗੀਆਂ ਹੁੰਦੀਆਂ। ਬਾਈ ਜੀ, ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ। ਮੇਰੇ ਨਾਲ ਵੀ ਜ਼ਮੀਨ ਹੈ, ਮੇਰਾ ਵੀ ਹੱਕ ਹੈ, ਨਾਲੇ ਮੈਂ ਕਿਹੜਾ ਸਾਰੇ ਟੱਬਰ ਦੀ ਜ਼ਮੀਨ ਤੇ ਕਰਜ਼ਾ ਲੈਣ ਨੂੰ ਕਹਿ ਰਿਹਾ? ਆਪਣੀ ਜ਼ਮੀਨ ਤੇ ਕਹਿ ਰਿਹਾ? ਆਪਦਾ ਕਰਾਂਗੇ, ਆਪਦਾ ਖਾਵਾਂਗੇ। ਹਾਂ, ਨਾ ਕਿਸੇ ਨੂੰ ਪੁੱਛਣ ਦੀ ਲੋੜ ਤੇ ਨਾ ਕਿਸੇ ਨੂੰ ਦੱਸਣ ਦੀ ਲੋੜ। ਇਹਦੇ ਤਾਂ ਕਈ ਸਾਲਾਂ ਤੋਂ ਅੱਗ ਲੱਗੀ ਸੀ ਚੁੱਲ੍ਹਾ ਅੱਡ ਕਰਨ ਦੀ। ਗੁੱਤ ਪੱਟਣ ਵਾਲੀ ਆ ਤੇਰੀ। ਇਹਦੇ ਭਰਾ ਨੂੰ ਸੱਦੋ, ਉਹਨੂੰ ਦੱਸੋ ਇਹਦੀਆਂ ਕਰਤੂਤਾਂ। ਇਹਦੇ ਭਰਾ ਨੂੰ ਕੀ ਦੱਸਾਂ, ਨੰਗ ਜੱਟ ਨੂੰ? ਆਪਣੇ ਭਰਾ ਨੂੰ ਤਾਂ ਸਮਝਾ ਨਹੀਂ ਸਕਦਾ, ਕਿਹਨੂੰ ਕੀ ਸਮਝਾਵਾਂ? ਕੁਝ ਵੀ ਬੋਲੀ ਜਾਂਦੇ ਆ। ਕਰੋ ਫਿਰ ਫੈਸਲਾ। ਠੀਕ ਹੈ, ਠੀਕ ਹੈ, ਕਰ ਦੇਣਾ ਅੱਡ, ਕਰ ਦੇਣਾ ਅੱਡ। ਹੋਰ ਵੀ ਕਿਸੇ ਨਾਲ ਅੱਡ ਹੋਣਾ? ਬਾਈ ਮੈਂ ਨਹੀਂ ਅੱਡ ਹੋਣਾ, ਮੈਂ ਤੇਰੇ ਨਾਲ ਰਹਿਣਾ। ਧੁੱਪੇ ਬਿਠਾ ਭਾਵੇਂ ਛਾਵੇਂ, ਮੈਂ ਤੈਨੂੰ ਨਹੀਂ ਛੱਡ ਸਕਦਾ। ਬਸ 100 ਤਰਸਾ ਸਿਰੇ ਤੇ ਕੱਢ। ਅਸੀਂ ਤਾਂ ਅੱਡ ਹੋਵਾਂਗੇ। ਤੇ ਹੋ ਜਾਓ। ਹੋਵਾਂਗੇ ਕਿਉਂ ਗੁਣ ਵਟਿਆ? ਤੂੰ ਕੁਛ ਬੋਲੇਗਾ ਜੇ ਸਭ ਕੁਛ ਘਰ ਵਾਲੀ ਬੋਲੂਗੀ? ਇਹ ਸਹੀ ਹੋ ਕਹਿੰਦੀ ਹੈ ਜੀ। ਬਸ ਸਾਨੂੰ ਵੀ ਅੱਡ ਕਰ ਦੋ। ਮੇਜਰਾ। ਹਾਂ ਬਾਈ। ਤੂੰ ਵੀ ਆਪਣੀ ਘਰ ਵਾਲੀ ਨੂੰ ਪੁੱਛ ਲੈ। ਨਾ ਵੀਰ ਜੀ, ਸਾਨੂੰ ਤਾਂ ਜਿੱਥੇ ਤੁਸੀਂ ਬਿਠਾਓਗੇ ਨਾ ਅਸੀਂ ਤਾਂ ਉੱਥੇ ਬਹਿ ਜਾਵਾਂਗੇ। ਪ੍ਰੀਤਮ ਸਿਆ, ਮਾਂ ਦੀਆਂ ਵੀ ਵੰਡੀਆਂ ਪਾਵੇ। ਅਸੀਂ ਤਾਂ ਤੈਨੂੰ ਆਪਣੇ ਨਾਲ ਹੀ ਰੱਖਾਂਗੇ ਬੇਬੇ ਜੀ। ਇਹਨਾਂ ਨਾਲ ਤੋਰ ਕੇ ਭੁੱਖੇ ਮਾਰਨੇ ਨਾ? ਅੱਗੇ ਅਸੀਂ ਕਿੰਨੇ ਕੁ ਭੁੱਖੇ ਮਾਰਦੇ ਹਾਂ, ਅੱਗੇ ਤਾਂ ਤੁਸੀਂ ਸਾਰਾ ਕੁਛ ਇਕੱਲਾ ਹੀ ਕਰਦੇ ਹੋ। ਚੁੱਪ ਕਰ ਨਹੀਂ, ਕੱਲ ਦੀ ਭੂਤਨੀ ਸਿਵਿਆਂ 'ਚ ਅੱਧ ਦੇਖ ਲੈ ਬਾਈ। ਗੁਰਨਾਮ ਕੋਰੇ, ਚੁੱਪ ਕਰ। ਠੀਕ ਹੈ, ਜਾ ਕੇ ਜਾਗਰ ਮਿਸਤਰੀ ਨੂੰ ਕਹਿ ਦੇਣਾ ਤੜਕੇ ਆ ਕੇ ਕੰਧਾਂ ਕਰਨੀਆਂ ਸ਼ੁਰੂ ਕਰ ਦੇ। ਪਾ ਲਓ ਵੰਡੀਆਂ, ਸਾਰ ਲਓ ਕਿਸੇ ਸਾਂਝੇ ਰਿਸ਼ਤੇਦਾਰ ਨੂੰ।
ਕਿੱਥੋਂ ਆਈ ਆ?
ਤੁਸੀਂ ਤਾਂ ਪਹਿਲਾਂ ਹੀ ਸੱਜ ਕੇ ਬਹਿ ਗਏ, ਉਹਨੇ ਤਾਂ ਹਜੇ ਕੜਾਈ 'ਚ ਘਿਓ ਪਾਇਆ ਹੈ। ਭਾਈ ਸੰਤ ਚੌਈ ਵਾਲਾ ਏ, ਨਵੀਂ ਵਿਆਹੀ ਬਹੂ ਦੇ ਹੱਥਾਂ ਦੀਆਂ ਸੇਵੀਆਂ ਖਾਣ ਦਾ। ਚੌ ਕਿਉਂ ਨਹੀਂ ਹੋਏਗਾ, ਦੱਸ ਜਾਓ ਤੁਸੀਂ ਭਾਈ। ਦੇਖਦੇ ਆ ਸਾਡੀ ਧੀ ਰਸੋਈ ਵਿੱਚ ਕੀ ਕਮਾਲ ਦਿਖਾਉਂਦੀ ਹੈ। ਕਿਉਂ ਬਈ, ਦੇਖ ਲੈ ਮਨਜਿੰਦਰ ਤੇਰੀ ਪਸੰਦ ਕੀ ਰੰਗ ਲਾ ਕੇ ਆਉਂਦੀ ਹੈ, ਦੇਖਦੇ ਆ। ਕਿਤੇ ਹੋਰੇ ਰੰਗ ਨਾ ਲਾ ਦੇਵੇ। ਜੀ ਰੋਂਦੇ ਕਾਹਨੂੰ, ਮੈਂ ਛੋਟੇ ਘਰ ਤੋਂ ਆਈ ਹਾਂ ਤਾਂ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ ਤਾਂ? ਨਾ ਧੀਏ, ਇਹ ਤੂੰ ਕੀ ਕਹਿਤਾ, ਇਹ ਗੱਲ ਕਦੇ ਆਪਣੇ ਮਨ 'ਚ ਨਾ ਲਿਆਈ। ਮੈਂ ਤਾਂ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਤੇਰੇ ਵਰਗੀ ਧੀ ਮਿਲੇ। ਮਨਜਿੰਦਰ ਨੇ ਜ਼ਰੂਰ ਪਿਛਲੇ ਜਨਮ 'ਚ ਮੋਤੀ ਦਾਨ ਕੀਤੇ ਹੋਣੇ। ਫਿਰ ਕਾਹਤੋਂ ਰੋਂਦੇ ਹੋ? ਮੈਂ ਤਾਂ ਰੋਂਦੀ ਹਾਂ, ਮੇਰੇ ਚਾਰ ਸਕੇ ਭਰਾ ਨੇ ਪਿਛਲੇ 16 ਸਾਲ ਤੋਂ ਅਸੀਂ ਉਹਨਾਂ ਨਾਲ ਨਹੀਂ ਵਰਤਦੇ, ਨਾ ਉਹ ਸਾਡੇ ਆਏ ਨਾ ਅਸੀਂ ਕਦੇ ਗਏ। ਮੈਨੂੰ ਤਾਂ ਐਸੀ ਵੀ ਉਹ ਮੇਰੇ ਮੁੰਡੇ ਦੇ ਵਿਆਹ 'ਚ ਜ਼ਰੂਰ ਆਉਣਗੇ, ਪਰ ਨਾ ਤੇਰੇ ਪਾਪਾ ਜੀ ਨੇ ਕਦੇ ਸੱਦਿਆ ਅਤੇ ਨਾ ਉਹ ਆਏ। ਜੇ ਕਿਸੇ ਦੇ ਭਾਈ ਨਾ ਹੋਵੇ ਤਾਂ ਉਹ ਸਬਰ ਕਰ ਲਊ, ਪਰ ਜਿਹਦੇ ਹੁੰਦੇ ਸੁਣਦੇ ਨਾ ਆਉਣ ਉਹ ਕੀ ਕਰੂ। ਤੁਹਾਡਾ ਕੁੜਤਾ ਪਜਾਮਾ ਕੱਢ ਕੇ ਰੱਖਦਾ? ਹਾਂਜੀ ਰੱਖ ਦੂ।
ਦੁਪਹਿਰੇ ਜੇ ਨਾ ਆਪਣੇ ਬੀਜੀ ਰੋਈ ਜਾਂਦੇ ਸੀ। ਕਿਉਂ? ਉਹਨਾਂ ਨੂੰ ਨਾ ਆਪਣੇ ਨਾਨਕਿਆਂ ਦੀ ਯਾਦ ਆਉਂਦੀ ਸੀ। ਉਹ ਹੁਣ ਆਪਣੇ ਜਮੇ ਹੀ ਨਹੀਂ ਆਉਂਦੇ ਜਾਂਦੇ। ਨਹੀਂ, ਐ ਕਿਵੇਂ ਹੋ ਸਕਦਾ ਕੋਈ ਇੰਨੇ ਸਾਲ ਆਪਣੇ ਸਕਿਆਂ ਨੂੰ ਭੁੱਲ ਕੇ ਹੀ ਬਹਿ ਜੇ? ਇਹ ਤਾਂ ਫਿਰ ਦੁਨੀਆ ਹੀ ਰੁਕ ਜੂ। ਭੁੱਲੇ ਤਾਂ ਕਾਹਨੂੰ ਹੋਣੇ ਆ, ਯਾਦ ਤਾਂ ਕਰਦੇ ਹੀ ਹੋਣੇ ਆ। ਜਦੋਂ ਅਸੀਂ ਯਾਦ ਕਰਦੇ ਹਾਂ ਉਹ ਵੀ ਕਰਦੇ ਹੋਣੇ ਆ। ਨਾਲੇ ਗੁੱਡੀ, ਪਿਆਰ ਨਾ ਇਕੱਲਾ ਇੱਕ ਪਾਸਿਓਂ ਨਹੀਂ ਹੁੰਦਾ। ਜੇ ਹੁੰਦਾ ਤਾਂ ਦੋਨਾਂ ਪਾਸਿਆਂ ਤੋਂ ਬਰਾਬਰ ਹੁੰਦਾ, ਨਹੀਂ ਤਾਂ ਫਿਰ ਵਹਿਮ ਹੀ ਹੁੰਦਾ। ਨਿੱਕੇ ਹੁੰਦੇ ਨਾ ਛੁੱਟੀਆਂ ਦਾ ਮਤਲਬ ਬਸ ਨਾਨਕੇ ਜਾਣਾ ਹੁੰਦਾ ਸੀ। ਨਾਨਕਿਆਂ ਦਾ ਰਾਹ ਸੁਰਗਾਂ ਦਾ ਰਾਹ ਲੱਗਦਾ ਹੁੰਦਾ ਸੀ। ਨਾਨੀ ਡਿਊਟੀ 'ਚ ਬੈਠੀ ਸਾਨੂੰ ਉਡੀਕਦੀ ਹੁੰਦੀ। ਮਾਮੇ ਮਾਮੀਆਂ ਨੇ ਮੇਰੇ ਗਏ ਦਾ ਐਂ ਚਾਉ ਕਰਨਾ ਜਿਵੇਂ ਉਹਨਾਂ ਦੀ ਰਿਆਸਤ ਦਾ ਰਾਜਕੁਮਾਰ ਆ ਗਿਆ ਹੋ। ਜਿਹੜੀ ਚੀਜ਼ ਮੂੰਹੋਂ ਮੰਗਣੀ ਉਤਨੇ ਹੀ ਹਾਜ਼ਰ ਹੋ ਜਾਣੀ। ਮੇਰੇ ਨਾਨਕਿਆਂ ਦੇ ਘਰ ਦਾ ਵਿਹੜਾ ਬਹੁਤ ਖੁੱਲ੍ਹਾ ਸੀ। ਐਂ ਲੱਗਦਾ ਸੀ ਵੀ ਸਾਰੀ ਕਾਇਨਾਤ ਬਸ ਆ ਕੱਚਾ ਵਿਹੜਾ ਹੀ ਆ। ਸੁਣਦੇ ਹੁੰਦੇ ਵੀ ਰੱਬ ਬਹੁਤ ਵੱਡਾ, ਮੈਂ ਸੋਚਣਾ ਵੀ ਸਾਡੇ ਵਿਹੜੇ ਤੋਂ ਵੱਡਾ ਤਾਂ ਭਲਾ ਕੀ ਹੋ। ਨਾ ਪੱਤਝੜ ਸੀ, ਨਾ ਸੌਣ ਸੀ, ਨਾ ਬਸੰਤ, ਨਾ ਬਹਾਰ, ਹਰ ਰੁੱਤ ਬਸ ਖੇਡਣ ਦੀ ਰੁੱਤ ਸੀ। ਮੇਰਾ ਉੱਥੇ ਕੋਈ ਹਿਸਾਬ ਕਿਤਾਬ ਬਣਿਆ ਨਹੀਂ ਯਾਰ, ਸੋ ਮੈਂ ਚੱਲ ਆਇਆ। ਸਰਦਾਰ ਜੀ, ਮੈਂ ਮੰਨਦਾ ਕਿ ਤੁਸੀਂ ਬਹੁਤ ਵੱਡੇ ਅਫਸਰ ਹੋ ਅਤੇ ਅਸੀਂ ਪੇਂਡੂ ਜੱਟ, ਪਰ ਜੇ ਤੁਸੀਂ ਸਾਡੀ ਕਿਸੇ ਰਿਸ਼ਤੇਦਾਰੀ ਜਾਂਦੇ ਹੋ ਤਾਂ ਤੁਹਾਨੂੰ ਸਾਡੇ ਸਹਿਚਾਰ ਦਾ ਖਿਆਲ ਰੱਖਣਾ ਚਾਹੀਦਾ। ਮਾੜਾ ਮੋਟਾ ਆਦਰ ਕਰਨਾ ਤਾਂ ਬਣਦਾ ਨਾ। ਉਹ ਤੁਸੀਂ ਮੇਰੀ ਗੱਲ ਸਮਝਦੇ ਕਿਉਂ ਨਹੀਂ ਯਾਰ? ਮੈਂ ਨੈਬ ਤਹਿਸੀਲਦਾਰ ਹਾਂ ਤੇ ਤੁਹਾਡੇ ਇਹਨਾਂ ਡੰਗਰ ਬੱਚੇ ਬੰਨਣ ਵਾਲੇ ਰਿਸ਼ਤੇਦਾਰਾਂ ਨੂੰ ਜੱਫੀਆਂ ਨਹੀਂ ਪਾ ਸਕਦਾ। ਜੱਫੀਆਂ ਪਾਉਣ ਨੂੰ ਅਸੀਂ ਕਹਿੰਦੇ ਵੀ ਨਹੀਂ ਹੈ, ਪਰ ਬੰਦਾ ਗੱਲ ਤਾਂ ਸਿੱਧੇ ਮੂੰਹ ਕਰੇ। ਤੁਸੀਂ ਤਾਂ ਸਸਰੀ ਘਰ ਦਾ ਜਵਾਬ ਹੀ ਨਹੀਂ ਦਿੰਦੇ। ਅੱਛਾ, ਤੂੰ ਬੜਾ ਸਿਆਣਾ ਹੈ ਯਾਰ। ਹੈਂ ਸਰਦਾਰ ਪ੍ਰੀਤਮ ਸਿੰਘ ਜੀ, ਜੇ ਮੇਰੇ ਕਰਕੇ ਤੁਹਾਡੀ ਬੇਇੱਜ਼ਤੀ ਹੁੰਦੀ ਹੈ ਨਾ ਤਾਂ ਅੱਜ ਤੋਂ ਬਾਅਦ ਮੈਂ ਇਸ ਘਰ ਦੇ ਵਿੱਚ ਪੈਰ ਨਹੀਂ ਪਾਉਂਦਾ। ਤਾਂ ਨਾ ਪਾਇਓ, ਇੱਥੇ ਕਿਹੜਾ ਬਹਾਕੜੀਆਂ ਨੇ, ਨਹੀਂ ਆਉਣਾ ਤੇ ਨਾ ਆਇਓ। ਤਾਂ ਠੀਕ ਹੈ ਫਿਰ। ਚਰਨਜੀਤ ਕੌਰੇ, ਜੇ ਤੂੰ ਮੇਰੀ ਸਰਦਾਰਨੀ ਬਣ ਕੇ ਰਹਿਣਾ ਚਾਹੁੰਦੀ ਹੈ ਤਾਂ ਇਸੇ ਵੇਲੇ ਕੱਪੜਾ ਲੀੜਾ ਸਮੇਟ ਤੇ ਨਰਾਇਣਗੜ੍ਹ ਚੱਲ। ਹੁਣ ਮੈਂ ਇੱਥੇ ਇੱਕ ਮਿੰਟ ਨਹੀਂ ਰੁਕਣਾ ਚਾਹੁੰਦਾ। ਭਾਜੀ ਹੱਟ ਹੋਏ, ਚੱਲ ਮੁੰਡਿਆ।
ਭਾਈ ਜੀ ਨਾ ਰੋਕੋ ਨਾ ਜਾਣ ਦੇ ਇਹਨੂੰ। ਧੀਏ ਇੱਥੇ ਭਾਵੇਂ ਤੂੰ ਸਾਰੀ ਜ਼ਿੰਦਗੀ ਨਾ ਆਈ, ਆਪਦੇ ਘਰ ਸੁਖੀ ਬਸ। ਅਜੇ ਵੀ ਐਂ ਲੱਗਦਾ ਵੀ ਜਿਵੇਂ ਕੱਲ੍ਹ ਦੀਆਂ ਗੱਲਾਂ। ਅੱਜ ਤੇਰੇ ਦੱਸੇ 'ਤੇ ਖਿਆਲ ਆਇਆ ਵੀ 16 ਸਾਲ ਹੋ ਗਏ। ਤੁਹਾਡਾ ਹੁਣ ਕਦੀ ਜੀ ਨਹੀਂ ਕਰਦਾ ਉੱਥੇ ਜਾਣ ਦਾ? ਮੇਰੇ ਖੰਭ ਹੁੰਦੇ ਨਾ, ਮੈਂ ਉੱਡ ਕੇ ਚਲੇ ਜਾਂਦਾ। ਜੇ ਮੇਰੇ ਵੀ ਹੁੰਦੇ ਮੈਂ ਵੀ ਤੁਹਾਡੇ ਨਾਲ ਹੀ ਉੱਡ ਜਾਣਾ ਸੀ। ਪੜਦਾ ਏ ਅੱਖਾਂ ਮੇਰੀਆਂ ਤੇ ਜਾਣਦਾ ਏ ਮੈਨੂੰ ਵੀ, ਆਸ਼ਿਕ ਏ ਉਹ ਗਜ਼ਲਾਂ ਦਾ ਤੇ ਪਛਾਣਦਾ ਏ ਮੈਨੂੰ ਵੀ। ਆਕਾਸ਼ ਤੇ ਵੀ ਹੱਕ ਲੱਗੇ ਹੋ ਗਿਆ, ਮਲਕੀਤੀ ਵਿੱਚ ਆ ਗਈ ਜ਼ਮੀਨ। ਰੂ ਨਾਲ ਜਸੜਾਵੇ ਤੈਨੂੰ ਮੰਗਿਆ, ਅੱਗੋਂ ਰੱਬ ਨੇ ਵੀ ਆਖਤਾ ਅਮੀਨ ਹੈ।
ਖੁਸ਼ਬੂ ਜੋ ਊਦ ਬਹਿਰੀਨ ਦਾ ਤੇ ਉਡਾਰ ਜਿਵੇਂ ਹੁੰਦਾ ਉਹ ਸ਼ਹੀਨ ਸਰਦਾਰ ਬੰਦੇ ਹੋ ਕੇ ਤੁਸੀਂ ਆਪੇ ਗੱਡੀ ਨਾਲ ਮੱਥਾ ਮਾਰਨ ਲੱਗੇ ਆ। ਜੱਗੀ ਆਉਣੀ ਨਹੀਂ ਠੀਕ ਆਪਣੇ ਤੋਂ, ਇਹ ਕੰਪਨੀ ਉਹ ਜਾਊਗੀ। ਲੱਗਦਾ ਹੀ ਸੀ ਜਾਣਾ ਮੈਂ ਕੱਲ੍ਹ ਨੂੰ ਚੰਡੀਗੜ੍ਹ, ਲੈ ਜੂ ਇਹਨੂੰ, ਦਿਹਾੜੀ ਦਾ ਕੰਮ ਹੈ ਸਾਰਾ। ਉਹ ਯਾਰ ਤੂੰ ਆਪ ਚੰਡੀਗੜ੍ਹ ਜਾ ਕੇ ਬਹਿ ਜਾਣਾ, ਉਹ ਮੇਰਾ ਕੰਮ ਕੌਣ ਕਰਾ ਕੇ ਦਊਗਾ? ਕਰ ਦੂਗਾ ਮਨਜਿੰਦਰ। ਉਹ ਯਾਰ ਤੂੰ ਕਰਾ ਜਾਂਦਾ ਚੰਗੀ ਗੱਲ ਸੀ, ਇਹਨੇ ਇੱਥੇ ਗੱਲਾਂ ਮਾਰ ਕੇ ਸਾਰ ਦੇਣਾ। ਇਹੋ ਜਿਹਾ ਕਿਹੜਾ ਕੰਮ ਮੰਗੇ ਤੇਰਾ? ਉਹ ਯਾਰ ਡੀਪੂ ਖੋਲ੍ਹਣਾ ਇਹਨੇ ਮਿੱਟੀ ਦੇ ਤੇਲ ਵਾਲਾ, ਤਾਇਆ ਜੀ ਨਾਲ ਗੱਲ ਕਰਨੀ ਹੈ। ਮੰਗਿਆ ਤੂੰ ਡੀਪੂ ਕੀ ਕਰਨਾ ਯਾਰ? ਆਮਦਨ ਹੋਊਗੀ, ਚਾਰ ਪੈਸੇ ਜੋੜਨਗੇ। ਅੱਛਾ, ਚਾਰ ਪੈਸੇ ਜੋੜ ਕੇ ਕੀ ਕਰੇਗਾ ਫਿਰ? ਲੈ ਗੱਡੀ ਗੁੱਡੀ ਲਵਾਂਗੇ, ਸ਼ਹਿਰ 'ਚ ਗੇੜਾ ਮਾਰਾਂਗੇ। ਫਿਰ ਕੀ ਹੋਜੂ? ਉਹ ਬਾਗਵੀ ਦਾ ਘੇਰਾ ਵਧੂਗਾ, ਚਾਰ ਚੰਗੇ ਬੰਦਿਆਂ 'ਚ ਬਹਿਣੀ ਉੱਠਣੀ ਹੋਜੂਗੀ। ਫਿਰ ਕੀ ਹੋਜੂ? ਉਹ ਚੰਗੇ ਬੰਦੇ ਚੰਗੀਆਂ ਸਲਾਹਾਂ ਦੇਣਗੇ, ਵਪਾਰਕ ਸਾਂਝਾਂ ਵਧਣਗੀਆਂ। ਸਹਿਜੇ ਸਹਿਜੇ ਮੰਗਾ ਰਾਮ ਤੋਂ, ਮੰਗਾ ਰਾਮ ਸੇਠ ਕਹਿਣਗੇ। ਫਿਰ ਉਦੋਂ ਬਾਅਦ ਹੈ ਫਿਰ ਪਟਿਆਲਾ 22 ਨੰਬਰ ਫਟ ਕੋਲ ਜਿਹੜੇ ਬੜੇ ਬੜੇ ਘਰ ਨੇ, ਉਦਾਂ ਦਾ ਇੱਕ ਵੱਡਾ ਘਰ ਬਣਾਵਾਂਗੇ, ਜਵਾਕਾਂ ਨੂੰ ਆਪਣੇ ਵਪਾਰ 'ਚ ਪਾਵਾਂਗੇ, ਫਿਰ ਮੰਗਾ ਰਾਮ ਐਂਡ ਸੰਜ ਕੰਪਨੀ ਖੜੀ ਕਰ ਦਾਂਗੇ। ਤੂੰ ਦੱਸ ਆ ਗੱਡੀ ਕਿੰਨੇ ਦੀ ਲਾਈ ਹੈ? ਨਾ ਵੀਰੇ, ਇੰਨਾ ਕੁਝ ਜੋੜ ਕੇ ਕੀ ਹੋ ਜੂਗਾ ਭਲਾ? ਕੀ ਹੋ ਜੂਗਾ? ਉਹ ਭੈਣ ਮੇਰੀ ਆ, ਜਿੱਦਣ ਮੈਂ ਮਰਿਆ ਨਾ, ਫਿਰ ਚਾਰ ਬੰਦੇ ਇਹ ਕਹਿਣਗੇ ਬਈ ਕੋਈ ਸਰਮਾਏਦਾਰ ਬੰਦਾ ਮਰਿਆ। ਇੰਨੇ ਚੱਕਰਾਂ 'ਚ ਪੈਣ ਦੀ ਕੀ ਲੋੜ ਆ ਯਾਰ ਤੈਨੂੰ? ਤੂੰ ਅੱਜ ਮਰ, ਅਸੀਂ ਕਹਾਂਗੇ ਸਰਮਾਏਦਾਰ ਬੰਦਾ ਮਰ ਗਿਆ, ਸਰਮਾਏਦਾਰ ਬੰਦਾ ਮਰ ਗਿਆ। ਆ ਦੇਖ ਲਾ ਭੈਣ, ਇਹ ਮੈਨੂੰ ਮਾਰ ਕੇ ਰਾਜੀ ਆ। ਲੈ ਦੱਸ ਵੀਰੇ, ਇਹਦੇ ਕਹੇ ਤੇ ਕਿਤੇ ਤੂੰ ਮਰ ਜਾਏਗਾ? ਸਰਦਾਰ ਜੀ ਕੱਪੜਾ ਲਾਉਂਗੇ? ਨਹੀਂ ਲੈਣਾ ਤਾਂ ਕੁਛ ਨਹੀਂ ਜੀ। ਚੰਗਾ ਜੀ, ਤੁਸੀਂ ਪਾਣੀ ਪੀਣਾ ਦੱਸੋ। ਜੇ ਬਰਫ਼ ਵਾਲਾ ਪਾਣੀ ਹੈ ਤਾਂ ਪਿਲਾ ਦਿਓ। ਬਿਲਕੁਲ ਮਿਲੂਗਾ ਜੀ, ਆ ਜਾਓ। ਸ਼ੁਕਰੀਆ ਜੀ। ਕਿੰਨੇ ਕੁ ਪਿੰਡ ਘੁੰਮ ਲੈਂਦੇ ਹੋ ਜੀ ਇੱਥੇ ਤੁਸੀਂ? ਆਹ ਮਲੋਹ ਦੇ ਆਲੇ ਦੁਆਲੇ 10-15 ਪਿੰਡ ਕੱਢ ਦਿੱਤੇ ਆ ਜੀ। ਆਹ ਲੱਖਾ ਸਿੰਘ ਵਾਲਾ, ਛੰਨਾ, ਮਛਰਾਏ, ਸਾਰੀ ਗਾਹ ਦਿੱਤੇ ਆ ਜੀ। ਤੁਹਾਡਾ ਆਪਦਾ ਕਿਹੜਾ ਪਿੰਡ ਹੈ ਜੀ? ਆਹ ਮੇਰਾ ਪਿੰਡ ਤਾਂ ਖੰਨੇ ਕੋਲ ਹੈ ਜੀ, ਹਰੀਪੁਰ। ਹਰੀਪੁਰ? ਇਹ ਤਾਂ ਖੇੜੀ ਕੋਲ ਨੀ? ਹਾਂਜੀ ਹਾਂਜੀ, ਉਹ ਤਾਂ ਨਾਨਕੇ ਆ ਜੀ ਮੇਰੇ। ਅੱਛਾ ਜੀ, ਆਹ ਤਾਂ ਕਮਾਲ ਹੋ ਗਈ। ਗੁੱਡੀ ਬੀਜੀ ਨੂੰ ਬੁਲਾ ਕੇ ਲੈ ਕੇ। ਹਾਂਜੀ। ਸਰਦਾਰ ਪ੍ਰੀਤਮ ਸਿੰਘ ਤਾਂ ਮਿਲਦੇ ਹੀ ਰਹਿੰਦੇ ਨੇ, ਪਿੰਡ ਲੰਘਦੇ ਵੜਦੇ, ਹੁਣ ਮਿਲੇ ਤਾਂ ਮੈਂ ਜ਼ਰੂਰ ਦੱਸੂਗਾ। ਚੰਗਾ ਭੈਣਾ, ਦਿਓ ਇਜਾਜ਼ਤ। ਵੀਰ ਜੀ ਆਉਂਦੇ ਜਾਂਦੇ ਚਾਹ ਪਾਣੀ ਪੀ ਕੇ ਜਾਇਆ ਕਰੋ। ਠੀਕ ਆ ਭੈਣਾ, ਜ਼ਰੂਰ ਆਊਂਗਾ। ਆ ਲੈ ਭੈਣਾ। ਆ ਕੀ ਕਰ ਰਹੇ ਹੋ ਵੀਰ ਜੀ? ਲੈ ਭੈਣਾ, ਇਹ ਤਾਂ ਬਣਦਾ ਹੈ।
ਸਰਦਾਰ ਪ੍ਰੀਤਮ ਸਿੰਘ ਜੀ ਨੇ ਅੱਖਾਂ ਭਰ ਲਈਆਂ ਅਤੇ ਮੈਨੂੰ ਕਹਿੰਦੇ ਬਈ ਤਾਰਾ ਸਿਆਂ, ਉਹਨਾਂ ਨੂੰ ਮੇਰਾ ਇੱਕ ਸੁਨੇਹਾ ਲਾਈ ਕਿ ਜੇ ਸਾਡੀ ਭੈਣ ਅਤੇ ਭਣੋਈਆ ਸਾਡੇ ਕੋਲ ਮਿਲਣ ਨਹੀਂ ਆਉਣਾ ਚਾਹੁੰਦੇ ਤਾਂ ਸਾਡਾ ਭਾਣਜਾ ਤਾਂ ਆ ਸਕਦਾ। ਸਾਨੂੰ ਬੜਾ ਹੀ ਚਾਅ ਹੈ ਆਪਣੀ ਭਾਣਜਨੋਂ ਨੂੰ ਦੇਖਣ ਦਾ। ਲੈ ਵੀ ਜੱਗੀ ਸਿਆ, ਆ ਸ਼ਹਿ ਕੱਢ। ਸੋਚ ਲੈ, ਘੋੜਾ ਮਰਦਾ ਤੇਰਾ, ਦੇਖ ਲਾ ਮਾਰ ਕੇ। ਅੱਛਾ, ਇਧਰੋਂ ਆਉਣਾ ਤੂੰ। ਤੇਰੀ ਰਾਣੀ ਵੀ ਕਾਕਾ ਬਰਾਬਰ ਮਰਦੀ ਆ। ਉਹ ਗੱਲ ਸੁਣ, ਇਹਦੀ ਕਿਹੜੀ ਰਾਣੀ ਆ ਛੜੇ ਮਲੰਗ ਦੀ? ਇਹਨੂੰ ਰਾਣੀ ਕਹਿੰਦੇ ਆ ਓਏ। ਐਡੀ ਕਾਲੀ ਰਾਣੀ ਫੜੇ ਮੂੰਹ ਤੇਰੇ। ਆ ਚੁੱਪ ਕਰ ਜਾ ਯਾਰ, ਚਾਲ ਸੋਚ ਲੈਂਦੇ ਹੁਣ, ਮੈਨੂੰ ਬੋਲੀ ਨਾ। ਕਿੱਡੇ ਕੰਮ ਲੱਗੇ ਆ ਸਰਦਾਰ, ਮੈਂ ਹਾਲੇ ਪਿੰਡ ਜਾ ਕੇ ਨੀਰਾ ਬਣਨਾ ਯਾਰ। ਦੇਖੀ ਜਾਓ ਬਾਈ, ਤੇਰਾ ਘੋੜਾ ਤਾਂ ਗਿਆ। ਓਏ ਆ ਹਾਥੀ ਘੋੜੇ ਤੋਪਾ ਕੀ ਮਾਰੀ ਜਾਂਦੇ ਆ? ਐਡੀ ਕਿਹੜੀ ਤੁਹਾਡੀ ਪਾਣੀਪਤ ਦੀ ਲੜਾਈ ਲੱਗੀ ਆ? ਤੂੰ ਜਾ ਕੇ ਨੀਰਾ ਹੀ ਵੱਢ ਲਾ, ਚੱਕ ਵੀ। ਓ ਯਾਰ ਪ੍ਰਿੰਸੀਪਲ ਸਾਹਿਬ ਨਾਲ ਕਰੋ ਗੱਲ। ਪ੍ਰਿੰਸੀਪਲ ਸਾਹਿਬ ਨਹੀਂ ਹੈਗੇ, ਤਹਿਸੀਲਦਾਰ ਸਾਹਿਬ ਨੇ, ਇਹਨੇ ਲਾਉਣਾ ਡੀਪੂ। ਮੈਂ ਜੋ ਵੀ ਹੈਗੇ ਉਹਨਾਂ ਨੂੰ ਕਹਿ ਕੇ ਮੇਰਾ ਕੰਮ ਕਰਾਓ। ਕੋਈ ਨਾ, ਕਰਦਾ ਮੈਂ ਗੱਲ। ਤੁਸੀਂ ਕਰਾਉਂਦੇ ਕਿਉਂ ਨਹੀਂ ਕੰਮ ਵੀਰੇ ਦਾ? ਹਾਂ ਆ ਦੇਖ ਲੈ ਭੈਣ, ਕਹਿ ਦਿਓ ਪਾਪਾ ਜੀ ਨੂੰ। ਹਾਂ ਕਹਿਣਾ, ਮੈਂ ਕੱਲ੍ਹ ਨੂੰ ਆਉਂਦੇ ਆ ਪਟਿਆਲਿਓ। ਕੋਈ ਨਾ, ਕਰਦਾ ਮੈਂ ਗੱਲ। ਹਲੇ ਤਾਂ ਮੈਂ ਇੱਕ ਹੋਰ ਬਹੁਤ ਜ਼ਰੂਰੀ ਅਰਜ਼ੀ ਲਾਉਣੀ ਆ ਉਹਨਾਂ ਨੂੰ। ਪਤਾ ਮੈਨੂੰ ਕਿਹੜੀ ਅਰਜ਼ੀ ਲਾਉਣੀ ਆ ਤੂੰ? ਕਿਹੜੀ? ਛਿੱਤਰ ਵਾਲੇ ਕੰਮ ਕਰਦਾ ਫਿਰਦਾ ਤੂੰ, ਨਾਨਕੇ ਜਾਣ ਨੂੰ ਫਿਰਦਾ। ਬਾਈ ਜੀ, ਐਤਕੀ ਆਪਾਂ ਬਾਗਾਂ ਦਾ ਠੇਕਾ ਵਧਾਈਏ। ਕੀਮਤਾਂ ਕਿਤੇ ਦੀਆਂ ਕਿਤੇ ਚੜ ਗਈਆਂ, ਆਪਾਂ ਉੱਥੇ ਦੇ ਉੱਥੇ ਖੜੇ। ਗੱਲ ਤਾਂ ਤੇਰੀ ਸਹੀ ਹੈ ਯਾਰ, ਠੀਕ ਹੈ, ਜਿਵੇਂ ਤੈਨੂੰ ਸਹੀ ਲੱਗਦਾ ਹੈ ਕਰ ਲੈ। ਠੀਕ ਹੈ ਬਾਈ ਜੀ। ਮੈਂ ਜੀ ਗੱਲ ਕਰਨੀ ਸੀ, ਮੈਂ ਹਰੀਪੁਰ ਜਾਣ ਬਾਰੇ ਸੋਚ ਰਿਹਾ ਸੀ। ਆ ਜੱਗੀ। ਹਾਂਜੀ। ਉਹ ਤੁਹਾਡੇ ਦੋਸਤ ਦਾ ਕੰਮ ਹੋ ਗਿਆ ਬਈ, ਸਾਹੋਲੀ ਵਾਲੇ ਦਾ। ਅੱਛਾ ਅੱਛਾ ਜੀ। ਤੁਸੀਂ ਜਵਾਬ ਨਹੀਂ ਦਿੱਤਾ ਜੀ। ਰਾਹ ਸਿਰ ਦੀ ਗੱਲ ਦਾ ਜਵਾਬ ਹੁੰਦਾ ਹੈ, ਊਟ ਪਟਾਂਗ ਗੱਲਾਂ ਦਾ ਜਵਾਬ ਨਹੀਂ ਹੁੰਦਾ। ਸੋਲਾਂ ਸਾਲ ਹੋ ਗਏ ਜੀ ਉੱਥੇ ਗਏ ਨੂੰ, ਬਹੁਤ ਯਾਦ ਆਉਂਦੀ ਹੈ ਜੀ ਉੱਥੇ ਦੀ। ਮੈਂ ਸੋਚਦਾ ਸੀ ਵੀ ਜੇ ਮੈਂ ਤੇ ਗੁੱਡੀ ਜਾ ਆਉਂਦੇ ਜੀ ਉੱਥੇ। ਤੂੰ ਸਮਝਿਆ ਕੀ ਆ ਯਾਰ ਮੈਨੂੰ? ਓਏ ਵੱਡੇ ਵੱਡੇ ਅਫਸਰ ਤੇ ਥਾਣੇਦਾਰ ਮੇਰੇ ਅੱਗੇ ਗੱਲ ਕਰਨੋਂ ਕੰਬਦੇ ਨੇ, ਤੇ ਤੂੰ ਇੱਕ ਕੱਲ ਦਾ ਜਵਾਕ
ਤੈਨੂੰ ਮੇਰਾ ਕੋਈ ਖੌਫ ਹੀ ਨਹੀਂ? ਜਿੱਥੇ ਖੌਫ ਹੁੰਦਾ ਉੱਥੇ ਇੱਜ਼ਤ ਨਹੀਂ ਹੁੰਦੀ ਜੀ, ਤੇ ਜਿੱਥੇ ਇੱਜ਼ਤ ਹੁੰਦੀ ਆ ਉੱਥੇ ਖੌਫ ਨਹੀਂ ਹੁੰਦਾ। ਤੇ ਮੈਂ ਤੁਹਾਡਾ ਪੁੱਤ ਹਾਂ ਜੀ, ਕੋਈ ਤੁਹਾਡਾ ਜੂਨੀਅਰ ਮੁਲਾਜ਼ਮ ਨਹੀਂ ਜਿਹੜਾ ਖੌਫ ਮੰਨੀ ਜਾਊਂਗਾ। ਤੇ ਨਾਲੇ ਨੇੜੇ ਦੀਆਂ ਰਿਸ਼ਤੇਦਾਰੀਆਂ 'ਚ ਆ ਫੋਕੀ ਆਕੜ ਅਤੇ ਹੰਕਾਰ ਬੜਾ ਲੰਬਾ ਸਮਾਂ ਨਹੀਂ ਪਾਲੀ ਦੇ। ਸਾਡੇ ਵੀ ਅਰਮਾਨ ਨੇ ਜੀ। ਤਬਾਹ ਹੋ ਜਾ ਮੇਰੇ ਸਾਹਮਣੇ ਤੋਂ, ਬਕਵਾਸ ਕਰਦਾ ਹੈ, ਬੋਲਣ ਦਾ ਚੱਜ ਨਹੀਂ ਕਿ ਵੱਡਿਆਂ ਨਾਲ ਕਿਵੇਂ ਬੋਲੀਦਾ। ਨਹੀਂ ਬਾਈ ਨਹੀਂ, ਬੈਠੋ ਤੁਸੀਂ। ਜੱਗੀ ਇਹਨੂੰ ਬਾਹਰ ਲੈ ਚੱਲ। ਮਨਜਿੰਦਰ ਆ ਜਾ, ਚਲੋ ਚਲੋ ਚੱਲ ਉੱਠ। ਬਾਈ ਬਾਈ ਸਮਝਣ ਦੀ ਕੋਸ਼ਿਸ਼ ਕਰੋ, 16 ਸਾਲ ਹੋ ਗਏ ਉਸ ਗੱਲ ਨੂੰ, ਉਹ 'ਚ ਵੀ ਉਹਨਾਂ ਦਾ ਖੂਨ ਆ, ਖਿੱਚ ਪੈਂਦੀ ਹੈ। ਆਪਾਂ ਛੋਟੇ ਹੁੰਦੇ ਕਿੰਨੇ ਕਿੰਨੇ ਦਿਨ ਰਹਿ ਕੇ ਆਉਂਦੇ ਸੀ ਨਾਨਕੇ, ਉਹਦੇ ਵੀ ਅਰਮਾਨ ਨੇ। ਨਾਲੇ ਉਹ ਗੁੱਡੀ ਨੂੰ ਲੈ ਕੇ ਜਾਣਾ ਚਾਹੁੰਦਾ, ਤੁਹਾਨੂੰ ਤੇ ਭਰਜਾਈ ਨੂੰ ਨਹੀਂ। ਜਾਣ ਦਿਓ ਉਹਨੂੰ। ਮੈਂ ਤਾਂ ਇੱਕ ਗੱਲ ਸਮਝਦਾ ਸੁਖਵਿੰਦਰ ਸਿੰਘ, ਕਿ ਤੁਸੀਂ ਸਾਰਿਆਂ ਨੇ ਮੈਨੂੰ ਉਮਰ ਤੋਂ ਪਹਿਲਾਂ ਰਿਟਾਇਰ ਕਰ ਦਿੱਤਾ। ਠੀਕ ਹੈ, ਜੋ ਤੈਨੂੰ ਠੀਕ ਲੱਗਦਾ ਸੋ ਕਰ, ਮੈਂ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਦਖਲ ਨਹੀਂ ਦਾਂਗਾ। ਯਾਰ ਤੈਨੂੰ ਪਤਾ ਤਾਇਆ ਜੀ ਦੇ ਗੁੱਸੇ ਦਾ, ਕਿਹਾ ਸੀ ਨਾ ਗੱਲ ਕਰੀ। ਚਲੋ ਬੰਨੋ ਕੱਪੜੇ ਹੁਣ। ਹਾਂ ਮੰਨ ਗਏ ਤਹਿਸੀਲਦਾਰ ਸਾਹਿਬ, ਖਿੱਚੋ ਤਿਆਰੀ। ਉਹ ਹੁਣ ਤਾਂ ਹੱਸ ਪਾ, ਚਲੋ ਹੋ ਜਾਓ ਤਿਆਰ। ਜੇ ਕਿੰਨੇ ਕੁ ਦਿਨਾਂ ਦੇ ਕੱਪੜੇ ਪਾਵਾਂ ਭਲਾ? 3 ਕੁ ਦਿਨਾਂ ਦੇ ਪਾ ਲੈ, ਜੇ ਚੱਲੇ ਹੋ ਤਾਂ 2-3 ਦਿਨ ਤਾਂ ਰਹੋਗੇ। 10-12 ਦਿਨ ਦੇ ਪਾਓ ਜੀ, ਨਾਨਕੇ ਗਏ ਜਵਾਕ ਛੇਤੀ ਕਿੱਥੇ ਮੁੜਦੇ ਆ। ਚੱਲ ਭਾਈ 10-12 ਦਿਨ ਦੇ ਪਾ ਲੈ, ਲਿਆ। ਉਹ ਗੁੱਡੀ ਮੇਰਾ ਬਟੂਆ ਚੱਕ ਲਈ। ਲੈ ਵੀ ਸਰਦਾਰਾ, ਅੱਖਤਾ ਤੇਰਾ ਸਾਰਾ ਸਮਾਨ, ਹੁਣ ਚਾਹੇ ਨਾਨਕਿਆਂ ਤੋਂ ਮਹੀਨਾ ਨਾ ਮੁੜੀ। ਆਪਦਾ ਬੈਗ ਵੀ ਨਾਲੇ ਰੱਖ ਲੈਣਾ ਸੀ। ਨਾ ਨਾ ਯਾਰ, ਮੈਂ ਤਾਂ ਸ਼ਿਮਲੇ ਦਾ ਪਲਾਨ ਬਣਾਇਆ। ਸ਼ਿਮਲੇ? ਉਹ ਸ਼ਿਮਲੇ ਗਏ ਤੁਸੀਂ ਮੁੜਦੇ ਨਹੀਂ ਹੁੰਦੇ, ਉਹੀ ਕੰਮ ਨਾ ਕਰਦੇ ਹੋ ਯਾਰ। ਉਹ ਨਹੀਂ ਨਹੀਂ, ਇੱਥੇ ਬਣ, ਇੱਧਰ ਚੁੱਪ ਕਰੇ ਥੋੜੀ। ਦੱਸਿਆ ਹੋਇਆ ਵੀ ਜੇ ਤੁਸੀਂ ਵੀ ਨਾਲ ਚੱਲਣਾ ਸੀ। ਪੁੱਤ ਤੈਨੂੰ ਹਜੇ ਇਸ ਗੱਲ ਦੀ ਸਮਝ ਨਹੀਂ, ਮੈਂ ਤੇਰੇ ਪਾਪਾ ਤੋਂ ਬਿਨਾਂ ਨਹੀਂ ਜਾ ਸਕਦੀ। ਮੈਂ ਉਦੋਂ ਹੀ ਜਾਊਂਗੀ ਜਦੋਂ ਉਹ ਮੇਰੇ ਨਾਲ ਜਾਣਗੇ। ਨਾਲੇ ਤੂੰ ਚਲੀ ਗਈ ਤਾਂ ਮੈਨੂੰ ਲੱਗੂ ਮੈਂ ਆਪ ਹੀ ਚਲੀ ਗਈ। ਧਿਆਨ ਰੱਖਿਓ। ਚੰਗਾ ਵੀ ਜੀ, ਚੰਗਾ ਪੈਰੀ ਪੈਰੀ। ਹਾਏ ਅੱਜ ਤਾਂ ਅੱਡੀ ਨਹੀਂ ਲੱਗਦੀ ਸਰਦਾਰ ਦੀ, ਹੈ ਚੌ ਚੜਿਆ ਇਹਨੂੰ ਨਾਨਕਿਆਂ ਦਾ। ਕਿਉਂ ਚੌ ਹੋਊ ਨੀ, 16 ਸਾਲਾਂ ਬਾਅਦ ਨਾਨਕੇ ਚੱਲਿਆ।
ਚਲੋ ਬੈਸਟ ਆਫ ਲੱਕ ਬਾਬੀ ਸਤਿ ਸ਼੍ਰੀ ਅਕਾਲ ਬਾਏ ਉਹ ਚਿੱਠੀ ਚੁੱਠੀ ਪਾਉਂਦੇ ਰਹੋ ਆਹੋ ਆਹੋ ਪਾਉਣੇ ਤੇ ਬਾਏ ਬਾਏ ਠੀਕ ਹੈ ਵੀ ਜੀ ਮੈਨੂੰ ਨਿੱਕੇ ਹੁੰਦੇ ਨੂੰ ਨਾ ਆਹ ਮੇਰੇ ਨਾਨਕਿਆਂ ਦਾ ਰਾਹ ਸਵਰਗਾਂ ਦਾ ਰਾਹ ਲੱਗਦਾ ਹੁੰਦਾ ਸੀ ਇੱਥੇ ਕਿ ਜੇ ਆ ਕੇ ਨਾ ਬੀਜੀ ਫਿਰ ਮੈਨੂੰ ਕਹਿੰਦੇ ਹੁੰਦੇ ਸੀ ਵੀ ਹੁਣ ਤੂੰ ਰਾਹ ਦੱਸ ਮਨਜਿੰਦਰ ਮਨਜਿੰਦਰ ਤੂੰ ਮਨਜਿੰਦਰ ਆ ਮੇਰਾ ਮਨਜਿੰਦਰ ਮੈਂ ਸਦਕੇ ਜਾਵਾਂ ਮੈਂ ਵਾਰੀ ਜਾਵਾਂ ਤੇ ਸੱਚਿਆ ਪਾਤਸ਼ਾਹ ਖੁਸ਼ੀਆਂ ਦਿੱਤੀਆਂ ਤੂੰ ਮੈਨੂੰ ਮੇਰੇ ਘਰ ਮੈਂ ਸਦਕੇ ਜਾਵਾਂ ਮਨਜਿੰਦਰ ਵੀਰਾ ਆ ਗਿਆ ਮਨਜਿੰਦਰ ਵੀਰਾ ਆ ਗਿਆ ਸਤਿ ਸ੍ਰੀ ਅਕਾਲ ਹਾਏ ਮੇਰੀ ਕਿੰਨੀ ਸੋਹਣੀ ਧੀ ਖੁਸ਼ ਰਹੋ ਪੁੱਤ ਖੁਸ਼ ਰਹੋ Thank you.
ਸਸਿਕਾ ਪੁੱਤ ਲੰਮੀ ਉਮਰ ਹੁਣ ਇਹ ਰਾਜੀ ਆ ਤੂੰ ਐਡੀ ਵੱਡੀ ਹੋ ਗਈ ਕਿਉਂ ਇਹਨੇ ਨਹੀਂ ਵੱਡੀ ਹੋਣਾ ਸੀ ਤੂੰ ਵੀ ਤਾਂ ਐਡਾ ਵੱਡਾ ਹੋ ਗਿਆ ਆ ਨਿਆਣੇ ਸਾਰੇ ਆਪਣੇ ਆ ਮਨਿੰਦਰ ਐ ਦੱਸ ਇਹਨਾਂ ਚੋਂ ਕਿਹੜਾ ਕੀਦਾ ਤੇ ਆ ਕੰਨਾਂ ਤੋਂ ਦੇਖ ਕੇ ਲੱਗਦਾ ਮਾਮਾ ਜੀ ਦੀ ਕੁੜੀ ਆ ਸਹੀ ਵਿਚਾਰਿਆ ਉਹ ਆ ਗੁਗਲੂ ਮੁਗਲੂ ਕੀਦਾ ਇਹਨਾਂ ਦਾ ਆ ਅੰਦਰ ਚੱਲੀਏ ਆਜੋ ਮਾਮਾ ਜੀ ਆ ਉਹੀ ਨਿੰਮਨੀ ਜਿਹੜੀ ਮੈਂ ਲਾਈ ਸੀ ਹਾਂ ਇੰਨੇ ਸਾਲ ਤੱਕ ਅਸੀਂ ਆਪਣੇ ਭਾਣਜੇ ਨੂੰ ਇਹਦੇ 'ਚ ਹੀ ਦੇਖਦੇ ਰਹੇ ਹਾਂ ਗੁੱਡੀਆ ਦਰਖਤ ਮੈਂ ਲਾਇਆ ਸੀ ਕਿੱਡਾ ਵੱਡਾ ਹੋ ਗਿਆ ਸਹੀ ਗੱਲ ਆ ਮਨਜਿੰਦਰ ਸਿੰਘ ਪੁੱਤ ਆ ਨਿਓ ਟੱਪ ਕੇ ਨਾ ਇੱਧਰ ਆ ਜਾ ਤੇਰੇ ਨਾਨਕੇ ਹੁਣ ਇੱਧਰ ਹੀ ਆ ਪੁੱਤ ਇੱਧਰ ਵੀ ਤੇਰੇ ਹੀ ਨਾਨਕੇ ਆ ਪੁੱਤ ਆਪਾਂ ਐਂ ਕਰਦੇ ਹਾਂ ਆਪਾਂ ਬੇਬੇ ਕੋਲ ਚੱਲ ਕੇ ਬਹਿੰਦੇ ਹਾਂ ਆ ਜਾ ਪੁੱਤ ਬੇਬੇ ਤੇਰਾ ਦੋ ਤਾਂ ਗੱਭਰੂ ਜਵਾਨ ਹੋ ਗਿਆ ਹੁਣ ਪੁੱਤ ਮੈਨੂੰ ਤਾਂ ਆਹ ਬੜੀ ਖੁਸ਼ੀ ਆ ਵੀ ਮੇਰੀਆਂ ਅੱਖਾਂ ਦੇ ਦੀਵੇ ਪੁੱਜਣ ਤੋਂ ਪਹਿਲਾਂ ਮੈਂ ਤੈਨੂੰ ਤੱਕ ਲਿਆ ਸ਼ੁਕਰ ਹੈ ਉਸ ਪਰਮਾਤਮਾ ਦਾ ਜਿਹਨੇ ਆਹ ਵੇਲਾ ਲਿਆਂਦਾ ਜੀ ਓਏ ਸਾਬ ਦਾ ਕੰਮ ਕਰ ਲਿਆ ਮੈਂ ਤਾਂ ਨਹੀਂ ਕੀਤਾ ਮੈਂ ਤਾਂ ਸਵੇਰੇ ਮੁਰਗਾ ਹੀ ਬਣੂ ਤੂੰ ਤਾਂ ਵੱਡਾ ਹੋ ਕੇ ਵੀ ਮੁਰਗਾ ਹੀ ਬਣਨਾ ਬਣ ਜੂ ਫਿਰ ਉੱਤ ਮੈਂ ਕਦੋਂ ਚਾਹੁੰਦੀ ਸੀ ਵੀ ਇਹ ਕੰਧਾਂ ਨਿਕਲਣ ਮੈਂ ਵਾਹ ਵੀ ਬਥੇਰੀ ਲਾਈ ਪਰ ਕੀ ਕਰਾਂ ਜੋ ਰੱਬ ਨੂੰ ਮਨਜ਼ੂਰ ਬੜਾ ਮਾਮਾ ਤਾਂ ਤੇਰਾ ਨੇਰਾ ਭਗਤ ਆ ਆ ਵਿਚਲੇ ਦੋਵੇਂ ਜਿਹੜੇ ਨੇ ਨਾ ਉਹ ਤੀਵੀਆਂ ਦੇ ਪਿੱਛੇ ਲੱਗੇ ਹੋਏ ਨੇ ਚਲੋ ਕੋਈ ਨਾ ਬੇਬੇ ਜੀ ਜੋ ਪਰਮਾਤਮਾ ਨੂੰ ਮਨਜ਼ੂਰ ਤੁਸੀਂ ਨਾ ਸੋਚ ਕਰੋ ਐਵੇਂ ਹਾਂ ਹਾਏ ਭਾਬੀ ਤੇਰੇ ਹੱਥ ਕਿੰਨੇ ਸੋਹਣੇ ਨੇ ਹਾਂ ਭਾਬੀ ਹਾਏ ਭਾਬੀ ਤੇਰੇ ਹੱਥ ਕਿੰਨੇ ਸੋਹਣੇ ਨੇ ਪੁੱਤ ਨਨਾਣਾ ਨੂੰ ਨਾ ਭਾਬੀਆਂ ਦੇ ਹੱਥ ਸੋਹਣੇ ਹੀ ਲੱਗਦੇ ਹੁੰਦੇ ਨੇ ਓਏ ਰੋਟੀ ਲਿਆ ਭਾਈ ਲਿਆਉਂਦੇ ਆ ਜੀ ਅੱਜ ਦੋ ਸਬਜ਼ੀਆਂ ਬਣਾਈਆਂ ਤਾਂ ਕੁ ਵੇਲਾ ਹੋ ਗਿਆ
ਤਾਇਆ ਜੀ ਉੱਧਰ ਰੋਟੀ ਬਣ ਗਈ ਆ, ਉੱਧਰੋਂ ਲਿਆ ਦਾਂ। ਰਹਿਣ ਦੇ ਭਾਈ। ਕਿਹੜੇ ਸ਼ਹਿਰ ਜਾਣਾ ਭਾਈ? ਇਸੇ ਮਰ ਜਾਣੀ ਕਰਕੇ ਤਾਂ ਘਰ ਚ ਕੰਧਾਂ ਹੋਣ ਲੱਗੀਆਂ ਨੇ। ਬੇਬੇ ਜੀ, ਇਹਦੇ ਚ ਇਹਦਾ ਵਿਚਾਰੀ ਦਾ ਕੀ ਕਸੂਰ ਆ? ਕਿਹੜੇ ਸ਼ਹਿਰ ਜਾਣਾ ਮਲ? ਮੈਨੂੰ ਨੀ ਪਤਾ ਵੀਰ ਬਈ ਕਿਹੜੇ ਸ਼ਹਿਰ ਜਾਣਾ, ਨਾ ਇਸ ਚੀਜ਼ ਦਾ ਕੋਈ ਚੋ। ਮੈਨੂੰ ਤਾਂ ਬਾਪੂ ਜੀ ਜਿੱਥੇ ਤੱਕ ਦੇਣ ਮੈਂ ਉੱਧਰ ਹੀ ਚਲੇ ਜਾਣਾ। ਪਰ ਮੈਨੂੰ ਇਹ ਬੜਾ ਹੁੰਦਾ ਬਈ ਇਸ ਘਰ 'ਚ ਮੇਰੇ ਕਰਕੇ ਕੰਧਾਂ ਹੋ ਰਹੀਆਂ। ਕੱਲ੍ਹ ਨੂੰ ਸਾਰਿਆਂ ਨੇ ਕਹਿਣਾ ਬਈ ਰਾਜੀ ਦੇ ਵਿਆਹ ਕਰਕੇ ਇਸ ਘਰ 'ਚ ਕੰਧਾਂ ਹੋਈਆਂ। ਵੀ ਤੁਸੀਂ ਤਾਂ ਸਭ ਦੇ ਸਾਂਝੇ ਹੋ, ਤੁਸੀਂ ਤਾਂ ਇਹ ਕੰਧਾਂ ਹੋਣੀਆਂ ਰੋਕ ਸਕਦੇ ਹੋ। ਇਹਨਾਂ ਕੰਧਾਂ ਨੂੰ ਰੋਕ ਲਓ ਵੀਰ। ਉਹ ਮਨਜਿੰਦਰ ਆਇਆ, ਤੈਨੂੰ ਕਾਇਮ ਕਰੀਏ। ਮਾਮਾ ਮੈਂ ਨਹੀਂ ਕਾਇਮ ਹੁੰਦਾ, ਤੁਸੀਂ ਹੋਵੋ। ਕੋਲ ਤਾਂ ਖੜੇ ਸਕਦਾ, ਹੱਥ ਲਾਇਆ ਤਾਂ ਨਹੀਂ ਚੜਦੀ। ਆ ਜਾ ਫਿਰ ਵੀਰੇ, ਉੱਧਰ ਨੇ ਪੌੜੀਆਂ। ਉਹ ਮੇਰੇ ਨਾਨਕਿਆਂ ਦੀਆਂ ਪੌੜੀਆਂ ਕਿੱਥੇ ਨੇ ਹੁਣ ਤੂੰ ਦੱਸੇਗਾ ਮੈਨੂੰ? ਵੇ ਮੇਜਰਾ, ਵੇ ਦੋ ਤਵਾਨ ਨੂੰ ਨਸ਼ੇ ਦੇ ਨਾ ਲਾ ਦੀ, ਮਸੀ ਆਇਆ। ਬੇਬੇ ਸਾਨੂੰ ਤਾਂ 20 ਸਾਲ ਹੋ ਗਏ ਪੀਂਦਿਆਂ ਨੂੰ, ਅਸੀਂ ਤਾਂ ਨਸ਼ੇ ਦੇ ਲੱਗੇ ਨਹੀਂ ਨਾ, ਹਾਲੇ ਕਸਰ ਰਹਿੰਦੀ ਆ। ਹਾਂਜੀ ਮਾਮਾ ਜੀ। ਮਨਜਿੰਦਰ, ਤੂੰ ਪੜ੍ਹਿਆ ਲਿਖਿਆ, ਤੂੰ ਦਾਰੂ ਜਮਾਂ ਨਹੀਂ ਪੀਂਦਾ? ਨਾ ਮੈਂ ਨਹੀਂ ਪੀਂਦਾ। ਕਦੇ ਨਹੀਂ ਪੀਤੀ? ਜਮਾਂ ਚੈੱਕ ਵੀ ਨਹੀਂ ਕੀਤੀ। ਯਾਰ ਜਿੱਡਾ ਤੇਰਾ ਕੱਦ ਘਾਟ ਹੈ, ਧਰਮ ਨਾਲ ਤੂੰ ਤਾਂ ਬੋਤਲ ਡਕਾਰ ਜੇ। ਇਹ 'ਚ ਫਿਰ ਕਿਹੜੀ ਬਹਾਦਰੀ ਆ ਬੋਤਲ ਡਕਾਰ ਜਿਵੇਂ? ਬਹਾਦਰੀ ਬਹੁਦਰੀ ਵਾਲੀ ਕੋਈ ਗੱਲ ਨਹੀਂ, ਦਿਨੇ ਥੱਕੇ ਹੁੰਦੇ ਆ, ਹੱਥ ਨੇ ਦੋ ਪੈਂਕ ਲਾ ਕੇ ਤਕੜੇ ਹੋ ਜਾਂਦੇ ਆ। ਮਨਜਿੰਦਰ, ਆ ਦਾਰੂ ਦੀਆਂ ਸਿਫਤਾਂ ਤਾਂ ਜਿੰਨੀਆਂ ਮਰਜ਼ੀ ਸੁਣ ਲੈ ਆਪਦੇ ਮਾਮੇ ਤੋਂ। ਆਹੋ ਚਾਚੀ, ਦਾਰੂ ਦੀਆਂ ਸਿਫਤਾਂ ਹੈ ਹੀ ਬਹੁਤ ਹੈ। ਬੇਬਿੰਦਰਾ, ਜੇ ਇੰਨੀਆਂ ਸਿਫਤਾਂ ਨਾ, ਘੁੱਟ ਘੁੱਟ ਸਾਨੂੰ ਵੀ ਲਵਾ ਦਿਓ ਬੁੜੀਆਂ ਨੂੰ। ਤੁਹਾਨੂੰ ਲਵਾ ਕੇ ਵਿਹੜੇ 'ਚ ਪੜਤੂ ਮਜਾਉਣਾ? ਉਹ ਗੱਲ ਤਾਂ ਸਹੀ ਹੈ ਮਾਮੀ ਦੀ, ਥੱਕੀਆਂ ਤਾਂ ਉਹ ਵੀ ਬਹੁਤ ਹੁੰਦੀਆਂ ਨੇ। ਲੈ ਕਰੇ ਰਹਿਣੀਆਂ, ਕਿਹੜਾ ਹਲ ਜੋੜਦੀਆਂ? ਲੈ ਸਾਰਾ ਦਿਨ ਵਿਚਾਰੀਆਂ ਚੁੱਲ੍ਹੇ 'ਚੋਂ ਨਹੀਂ ਨਿਕਲਦੀਆਂ, ਹਲ ਜੋੜਦੀਆਂ। ਆਹੋ, ਸਾਡੇ ਕੰਮ ਕਿਹੜਾ ਕੰਮ ਲੱਗਦੇ ਇਹਨਾਂ ਨੂੰ? ਯਾਰ ਰੱਬ ਦੇ ਵਾਸਤੇ ਤੂੰ ਨਾ ਫੂਕ ਨਾ ਸ਼ਗਾ ਮਨਜਿੰਦਰ, ਜਿਹੜੀਆਂ ਦੋ ਰੋਟੀਆਂ ਮਿਲਦੀਆਂ ਉਸ ਤੋਂ ਵੀ ਜਾਵਾਂਗੇ। ਇਹ ਤਾਂ ਚੱਲ ਮਾਮਾ, ਰੋਟੀ ਤਾਂ ਮਿਲੀ ਜਾਣੀ ਆ। ਤੂੰ ਇਹ ਦੱਸ, ਰੋਜ਼ ਦਾਰੂ ਪੀਨੇ ਹੋ, ਉੱਤਰ ਜਾਂਦੀ ਆ, ਕੋਈ ਐਸੀ ਬੋਤਲ ਦੱਸ ਨਾ ਜਿਹੜੀ ਕੇਰਾਂ ਪੀ ਕੇ ਉੱਤਰੇ ਹੀ ਨਾ। ਪਹਿਲਾਂ ਤਾਂ ਚੜ ਜਾਂਦੇ, ਫੇਰ ਦੱਸ ਦਿਆਂਗੇ। ਰੋਟੀ ਪਾ ਮਨਜਿੰਦਰ ਨੂੰ ਬੋਲੀਏ। ਵਧੀਆ ਕਰਿਆ, ਤੈਨੂੰ ਸਾਥੀ ਮਿਲ ਗਿਆ। ਸਾਮੀ ਰਹਿ ਮੈਰ ਮਾਂ, ਤੈਨੂੰ ਤੱਕ ਕੇ ਚੈਨ ਜੇ ਆਇਓਂ ਦੇਵੇ, ਕਾਲ ਜੇ ਦੀ ਰੱਤ ਚੂਸ ਦੈ, ਜਦੋਂ ਮਿੱਥ ਕੇ ਸ਼ਕੀਨੀ ਲਾਉਣ ਵੇ, ਅੱਖਾਂ ਸਾਮੀ ਰਹਿ ਮੈਰ ਮਾਂ।
ਚੰਦਨ ਦੀ ਜਾਪੇ ਮੈਂ ਕਿਸ ਦਿਨ ਕਹਿਣਾ ਸੱਸ ਨੂੰ ਤੈਨੂੰ ਕੱਲੀਓ ਸਾਂਭ ਲਊਂ ਆਪੇ ਵੇ ਪੇਕੇ ਪਿੰਡ ਹੋਣ ਸਿਫਤਾਂ ਆਓ ਗੁੱਡੀ ਦਾ ਪਰਾਉਣਾ ਆਉਂਦਾ ਵੇ ਅੱਖਾਂ ਸਾਵੀਂ ਰਹਿ ਮਹਿਰਮਾ ਤੈਨੂੰ ਤੱਕ ਕੇ ਚੈਨ ਜੇ ਆਉਂਦਾ ਵੇ ਕਾਲਜੇ ਦੀ ਰੱਤ ਚੂਸਦੈ ਜਦੋਂ ਮਿੱਥ ਕੇ ਸ਼ਕੀਨੀ ਲਾਉਣੈ ਵੇ ਅੱਖਾਂ ਸਾਵੀਂ ਰਹਿ ਮਹਿਰਮਾ ਵੇ ਮੈਨੂੰ ਮੇਰੀ ਸੰਗ ਮਾਰਦੀ ਤੈਨੂੰ ਮਾਰਦਾ ਬਾਲ ਮਾਂ ਸਾੜਾ ਵੇ ਤੋਰਾ ਫੇਰਾ ਘੱਟ ਕਰਕੇ ਕੋਲ ਬੈਠ ਜਾ ਪਲੰਗ ਤੇ ਹਾੜਾ ਮੈਂ ਲੱਭਣਾ ਏ ਭੇਤ ਗੱਲ ਦਾ ਰੱਬ ਕਿਸੇ ਤੇਰੀ ਜ ਕਿਵੇਂ ਲਾਉਂਦਾ ਵੇ ਅੱਖਾਂ ਸਾਵੀਂ ਰਹਿ ਮਹਿਰਮਾ ਤੱਕ ਕੇ ਚੈਨ ਜੇ ਆਉਂਦਾ ਵੇ ਕਾਲਜੇ ਦੀ ਰੱਤ ਚੂਸਦੈ ਜਦੋਂ ਮਿੱਥ ਕੇ ਸ਼ਕੀਨੀ ਲਾਉਣੈ ਵੇ ਅੱਖਾਂ ਸਾਵੀਂ ਰਹਿ ਮਹਿਰਮਾ ਲੈ ਪੁੱਤ ਚਾਹ ਫੜਾ ਕੇ ਆ ਅੱਧੀ ਛੁੱਟੀ ਵੇਲੇ ਦੋਨੋਂ ਵੰਡ ਕੇ ਰੋਟੀ ਖਾ ਲਿਓ ਉਹਨੂੰ ਦੱਸੀ ਵੀ ਤੇਰੀ ਮਾਂ ਤੈਨੂੰ ਉਡੀਕਦੀ ਆ ਬੀਜੀ ਵੀ ਬਹੁਤ ਯਾਦ ਕਰਦੇ ਨੇ ਤੁਹਾਨੂੰ ਚਲੀਏ ਪੁੱਤ ਮਿਸਤਰੀ ਚਾਹ ਪੀ ਲਓ ਮਨਜਿੰਦਰ ਹਾਂਜੀ ਮੈਂ ਮਾੜਾ ਜਿਹਾ ਆਇਆ ਸਕੂਲ ਤੱਕ ਛੱਡ ਆਵਾਂ ਜਵਾਕਾਂ ਨੂੰ ਹੈ ਹਾਂ ਵੀ ਚੱਲੀ ਸਕੂਲ ਹਾਂਜੀ ਵੀਰੇ ਕੀ ਬਣਨਾ ਬੜੀ ਹੋ ਕੇ ਤੂੰ ਮੈਂ ਤਾਂ ਵੱਡੀ ਹੋ ਕੇ ਪ੍ਰਧਾਨ ਮੰਤਰੀ ਬਣੂੰਗੀ ਕੋਈ ਨਿੱਕੀ ਮੋਟੀ ਚੀਜ਼ ਨਾ ਬਣ ਜੀ ਮਿਸਤਰੀ ਜੀ ਕਿਉਂ ਕੰਧਾਂ ਕੱਢੀ ਜਾਂਦੇ ਹੋ ਮੇਰੇ ਨਾਨਕਿਆਂ ਦੇ ਵਿਹੜੇ 'ਚ ਦੇਖ ਭਣ ਜੇ ਅਸੀਂ ਤਾਂ ਹੁਕਮ ਦੇ ਗੁਲਾਮ ਹੈ ਸਰਦਾਰ ਜੀ ਦਾ ਹੁਕਮ ਹੋਇਆ ਅਸੀਂ ਲੱਗ ਗਏ ਤੁਸੀਂ ਕੰਧ 'ਤੇ ਇੱਟ ਲਾਉਂਦੇ ਹੋ ਸਾਡੇ ਦਿਲ 'ਤੇ ਇੱਟ ਲੱਗਦੀ ਹੈ ਰਹਿਣ ਦਿਓ ਜੀ ਇਹ ਤਾਂ ਹੁੰਦੀਆਂ ਹੀ ਹੁੰਦੀਆਂ ਹੈ ਸਾਡਾ ਕਿਹੜਾ ਜੀ ਕਰਦਾ ਹੈ ਪਰ ਇਹ ਦਸਤੂਰ ਬਣਿਆ ਆਇਆ ਹੈ ਪਰ ਮੈਂ ਮਾਮਿਆਂ ਦਾ ਪਿਆਰ ਦੇਖਿਆ ਹੋਇਆ ਇੱਥੇ ਹੋਣੀਆਂ ਨਹੀਂ ਕੰਧਾਂ ਚੰਗੀ ਗੱਲ ਹੈ ਪਰ ਇਹ ਰੁਕਦੀਆਂ ਨਹੀਂ ਹੁੰਦੀ ਹੈ ਮਾਮਾ ਜੀ ਮੈਂ ਇਹ ਕਰਦਾ ਇਕੱਲਾ ਦੋ ਤਾਂ ਮੈਂ ਰੋਕ ਦੇਣੀਆਂ ਨੇ ਆ ਮੈਂ ਇੱਥੇ ਆ ਖਰਚ ਲਾਵਾਂਗਾ ਤੁਸੀਂ ਪੂਰੀ ਕੋਸ਼ਿਸ਼ ਕਰਿਓ ਕਿ ਇੱਟ ਨਾ ਲੱਗੇ ਗੁਰੂ ਮਹਾਰਾਜ ਤੇਰੀ ਕੋਸ਼ਿਸ਼ ਕਾਮਯਾਬ ਕਰੇ ਪਰ ਮੇਰਾ ਤਜਰਬਾ ਕਹਿੰਦਾ ਹੈ ਇਹ ਲੱਗ ਜਾਣੀ ਹੈ ਦੇਖ ਲੈਂਦੇ ਹਾਂ ਗੁੱਡੀ ਹਾਂਜੀ ਆ ਇੱਟ ਨਹੀਂ ਲੱਗਣ ਦੇਣੀ ਆਪਾਂ ਹਾਂਜੀ ਹਟ ਜਾ ਪੁੱਤ ਚੱਕ ਵੱਜੂ ਨਸੀਬੋ ਜੀ ਆ ਬਿਰਤਮਾਨ ਚੱਕ ਕੇ ਉੱਠ ਕੇ ਰੱਖ ਕੇ ਆ ਪੁੱਤ ਬੇਬੇ ਜੀ ਮੈਂ ਰੱਖਾਂ ਨਾ ਪੁੱਤ ਟੁੱਟ ਜੂਗਾ ਹੋਰ ਭਾਈ ਗੁੱਡੀ ਦਾ ਕੀ ਹਾਲ ਆ ਆਪਣੀ ਦਾ ਮਾਸੀ ਜੀ ਗੁੱਡੀ ਆਪਣੀ ਮੌਜਾਂ ਕਰਦੀ ਹੈ ਹਾਂ ਭਾਈ ਮੈਨੂੰ ਤਾਂ ਨਾ ਉਹਦੇ ਪਰੌਣੇ ਦਾ ਸੁਭਾਅ ਬੜਾ ਹੀ ਚੰਗਾ ਲੱਗਿਆ
ਹਾਂ ਮਾਸੀ, ਸੁਭਾਅ ਤਾਂ ਬਾਲਾ ਹੀ ਠਰੰਮੇ ਵਾਲਾ ਹੈ। ਸੱਚ ਗੁੱਡੀ ਨੇ ਆਪਣੇ ਪ੍ਰਾਹੁਣੇ ਦੇ ਨਾਨਕੇ ਜਾਣਾ ਸੀ। ਮੈਨੂੰ ਤਾਂ ਲੱਗਦਾ ਖਮਣੀ ਚਲੇ ਗਏ। ਹਾਂ ਹਾਂ, ਸ਼ਾਇਦ ਚਲੇ ਗਏ ਹੁਣ। ਬੇਬੇ ਜੀ, ਵਿਦਿਆ ਪੜ੍ਹਾਈ ਦੀ ਸੌ ਮੈਂ ਨਹੀਂ ਸੁੱਟਿਆ। ਨਹੀਂ, ਇੰਨੀ ਵਾਰੀ ਤਾਂ ਮਰ ਜਾਣੀ ਹੈ, ਤੂੰ ਸਕੂਲ ਨਹੀਂ ਗਈ, ਜਿੰਨੀ ਵਾਰੀ ਵਿਦਿਆ ਪੜ੍ਹਾਈ ਦੀ ਸੌ ਖਾ ਲਈ ਹੈ। ਕਰਤਾਰਪੁਰ ਵਾਲੀ ਬੀਬੀ ਢਿੱਲੀ ਆ, ਹਾਲੇ ਤਾਂ ਮੈਂ ਉਹਦਾ ਪਤਾ ਲੈਣ ਜਾਣਾ, ਉਹਦੀ ਨੂੰ ਜਮਾ ਨੀ ਸਿਆਣਦੀ। ਅੱਜ ਕੱਲ ਦੀਆਂ ਕਿੱਥੇ ਪਰਵਾਹ ਕਰਦੀਆਂ ਨੇ, ਬਜ਼ੁਰਗ ਤਾਂ ਵਿਹੜੇ ਚ ਦਰਖਤ ਵਾਂਗੂ ਹੁੰਦੇ ਨੇ। ਛਡਾਲਾ, ਜਾਨ ਨਹੀਂ ਹੈਗੀ ਤੇਰੇ ਚ। ਯਾਰ, ਮੇਰੇ ਚ ਨਹੀਂ ਹੈਗੀ ਜਾਨ ਜੂਨ, ਮੈਂ ਤਾਂ ਫੋਸ ਸੜਾ ਵੀਰੇ, ਮੈਂ ਭਾਬੀ ਨਾਲ ਖੇਡਣਾ। ਵੇਖ ਵੇਖ, ਖੇਡਣਾ ਨੇ ਭਾਬੀ ਨਾਲ? ਕੰਜਰਾ, ਕੋਈ ਆਪਦੇ ਵੀਰ ਨੂੰ ਸਕੂਲ ਦੀ ਗੱਲ ਸੁਣਾ ਦੇ। ਮੇਜਰ ਸਿਆ, ਆ ਜਾ ਵੀ ਚੱਲੀਏ। ਓਏ ਹੁਣਾ ਮਨਜਿੰਦਰ, ਚੱਲ ਖੇਤ ਚੱਲੀਏ, ਬਾਈ ਵੀ ਉੱਥੇ ਹੀ ਆ। ਚਲੋ ਜੀ, ਚਲ ਬਈ ਖੇਡ ਲਾ। ਭਾਬੀ ਮੈਂ ਵੀ ਖੇਡਣਾ, ਭਾਬੀ ਮੈਂ ਵੀ ਖੇਡਣਾ। ਇੱਕ ਮਿੰਟ, ਤੇਰੀਆਂ ਮੌਜਾਂ ਨੇ। ਉਹੀ ਸੌਲੀ ਵਾਲਾ ਵਿਹੜਾ ਮਿਲ ਗਿਆ ਤੈਨੂੰ। ਭਾਬੀ ਤੁਹਾਡੇ ਬਾਅਦ ਮੇਰੀ ਵਾਰੀ। ਉਹ ਮੇਰੀ ਵਾਰੀ ਹੈ, ਖੜੀ ਰਹਿ ਇੱਧਰ। ਉਹ ਤੂੰ ਖੜਾ ਰਹਿ, ਮੇਰੀ ਵਾਰੀ ਹੈ। ਇੱਕ ਮਿੰਟ ਖੜੀ ਰਹਿ ਤੂੰ, ਇੱਕ ਮਿੰਟ। ਦੀਪੀ ਦੀ ਵਾਰੀ ਹੈ ਮੇਰੇ ਤੋਂ ਬਾਅਦ, ਤੇਰੀ ਵਾਰੀ ਸਭ ਤੋਂ ਖੀਰ ਚ ਆਊ। ਕਿਉਂ, ਮੁੰਡਿਆਂ ਦੀ ਵਾਰੀ ਪਹਿਲਾਂ ਹੁੰਦੀ ਆ। ਕਿਉਂ, ਮੁੰਡੇ ਬਾਲੇ ਹੁੰਦੇ ਨੇ, ਉਹ ਕੁੜੀਆਂ ਡਰ ਡਰਪੋਕ ਹੁੰਦੀਆਂ ਨੇ, ਤੇ ਮੁੰਡੇ ਬਹਾਦਰ। ਅੱਛਾ ਅੱਛਾ, ਬਹਾਦਰ ਕਿੰਨੇ ਕੁ ਬਹਾਦਰ ਹੋ ਤੁਸੀਂ? ਪੂਰੇ। ਇੱਦਾਂ ਦਾ ਨਹੀਂ ਮੰਨਦੇ ਪਰ ਆਪਾਂ। ਹਾਂ, ਨਹੀਂ ਮੰਨਦੇ। ਪਹਿਲਾਂ ਬਹਾਦਰੀ ਵਾਲਾ ਕੁਝ ਕਰਕੇ ਦਿਖਾਓ। ਦੱਸੋ, ਉਹ ਕਾਂਡੀ ਦੱਸਦੀ ਆ ਮਿਸਤਰੀ ਜੀ ਦੀ? ਹਾਂਜੀ। ਉਹ ਚੱਕ ਕੇ ਲੁਕਾਉਣੀ ਆ? ਲੁਕਾ ਦਾਂਗੇ, ਨਾਲੇ ਸਿਮਰਨ ਚ ਪਾਣੀ ਪਾਉਣਾ। ਸਰਦਾਰ ਜੀ, ਇਹ ਜਵਾਕ ਬੜੇ ਇੱਲਤੀ ਹੈ। ਕਿਸੇ ਨੇ ਮੇਰੀ ਕਾਂਡੀ ਲੁਕੋਤੀ, ਕਿਸੇ ਨੇ ਸਿਮੇਂਟ ਚ ਪਾਣੀ ਠੋਕਤਾ। ਸਰਦਾਰ ਜੀ, ਸਾਲ ਵੀ ਨਹੀਂ ਮਿਲ ਰਿਹਾ ਹੈ, ਉਹ ਵੀ ਕਿਸੇ ਨੇ ਛੁਪਾ ਦਿਆ ਹੈ। ਸਾਰੇ ਜਵਾਕ ਦੇ ਬੜੇ ਠੀਕ ਆ। ਤੇਜੀ ਓਏ, ਇੱਧਰ ਬਾਰੋ, ਇੱਧਰ ਬਾਰੋ, ਤੁਹਾਨੂੰ ਦੱਸਦਾ ਮੈਂ। ਮੁਰਗੇ ਬਣੋ, ਮੁਰਗੇ ਬਣੋ, ਉੱਧਰ ਮਿਸਤਰੀਆਂ ਦਾ ਕੰਮ ਠੱਲੇਗਾ, ਤੁਹਾਡੇ ਭਾਜੀ ਚੌੜ ਹੈ। ਭਾਬੀ ਦੀ ਕੋਈ ਗੱਲ ਨੀ ਮੰਨੀ।
ਸਰਦਾਰ ਜੀ ਆ ਦਰਖਤ ਦਾ ਕੀ ਕਰਨਾ ਹੈ? ਇਹ ਤਾਂ ਜਵਾਨੀਆਂ ਦੇ ਵਿਚਾਲੇ ਆ ਰਿਹਾ ਹੈ। ਇਹਨੂੰ ਇੱਧਰਲੇ ਵਿਹੜੇ 'ਚ ਲਿਆਉਣਾ ਹੈ ਕਿ ਉੱਧਰਲੇ ਵਿਹੜੇ 'ਚ? ਬਾਲਣ ਬਣਾ ਦੇ। ਹਵਿੰਦਰ, ਉਹ ਤੈਨੂੰ ਯਾਦ ਆ ਉਹ ਪਹੀ ਤੇ ਮਾਮਾ ਜੀ ਦਾ ਟਰੈਕਟਰ ਆਉਣਾ? ਆਪਾਂ ਭੱਜ ਕੇ ਕਿਤਾਬਾਂ ਚੱਕ ਲੈਣੀਆਂ ਵੀ ਉਹਨਾਂ ਨੂੰ ਐਂ ਲੱਗੇ ਵੀ ਨਿਆਣੇ ਤਾਂ ਸਵੇਰ ਦੇ ਪੜ੍ਹਨ ਲੱਗੇ ਹੋਏ ਆ। ਉਹ ਲੈ ਵੀ ਇੱਕ ਗੱਲ ਮੈਨੂੰ 16 ਸਾਲ ਨਹੀਂ ਭੁੱਲੀ। ਕਿਹੜੀ? ਅਸਭਾਸ਼ ਬਾਣੀਆਂ ਦੀ ਹੱਟੀ ਤੇ ਆਪਾਂ ਦੋਵਾਂ ਦੀਆਂ ਪਕੌੜੀਆਂ ਲਈਆਂ। ਆਪਣੇ ਤੋਂ ਆ ਮਿਸਤਰੀਆਂ ਦੀ ਗਲੀ 'ਚ ਡੁੱਲ ਗਈਆਂ, ਤੂੰ ਪਤੰਦਰਾ ਉੱਤੋਂ ਚੁੱਕ ਚੁੱਕ ਕੇ ਹੀ ਖਾਈ ਗਿਆ। ਤੂੰ ਹੀ ਮਰੀ ਜਾਂਦਾ ਯਾਰ, ਮੇਰੇ ਤਾਂ ਯਾਦ ਨਹੀਂ। ਆਹੋ, ਬੇਇੱਜ਼ਤੀ ਕਾਹਨੂੰ ਯਾਦ ਰਹਿੰਦੀ ਆ ਕਿਸੇ ਨੂੰ? ਉਦੋਂ ਯਾਰ ਇੱਜ਼ਤ ਬੇਇੱਜ਼ਤੀ ਦਾ ਕੋਈ ਫਰਕ ਨਹੀਂ ਸੀ ਹੁੰਦਾ। ਹਾਂ, ਨਾ ਬੇਇੱਜ਼ਤੀ ਮੰਨਦੇ, ਨਾ ਗਰਮੀ ਮੰਨਦੇ, ਨਾ ਠੰਡ ਮੰਨਦੇ। ਮੰਨਦੇ ਕੰਡ ਵੀ ਨਹੀਂ ਸੀ। ਹਾਂ, ਜਿਉਂ ਲੱਗਣਾ ਤੂੜੀ ਤੇ ਨੰਗੇ ਪਿੰਡੇ ਛਾਲਾਂ ਮਾਰਨ, ਛਿੱਤਰ ਖਾ ਕੇ ਹੀ ਹਟਣਾ। ਆਹੋ, ਸਹੀ ਗੱਲ ਆ। ਪਰ ਹੁਣ ਨਾ ਸਮੇਂ ਨਾਲ ਖਾਸਾ ਕੁਛ ਬਦਲ ਗਿਆ। ਪਰ ਆਪਣੇ ਅੰਦਰ ਇੱਕ ਜਵਾਕ ਆ, ਉਹ ਅਜੇ ਵੀ ਉਵੇਂ। ਉਹ ਬਾਹਲੀ ਲੰਬੀ ਚੌੜੀ ਗੱਲ ਵੀ ਨਹੀਂ ਹੈ, ਜਿਹਦੇ ਤਾਂ ਖੰਭ ਹੋਣ, ਉੱਡਣ ਦੀ ਮਨਾਹੀ ਹੋਵੇ। ਉਹ ਤਾਂ ਨਿਆਣਾ ਜਿਹਨੂੰ ਉੱਡਣ ਦੀ ਪੂਰੀ ਖੁੱਲ ਹੋਵੇ ਤੇ ਖੰਭ ਝੜ ਜਾਣ, ਉਹ ਸਿਆਣਾ। ਲਿਆ ਭਾਬੀ, ਮੈਨੂੰ ਫੜਾ ਦੇ। ਮਨਜਿੰਦਰ ਸਾਹਿਬ ਪੁੱਤ, ਕਿਹੋ ਜਿਹੀ ਲੱਗੀ ਪਨੀਰ ਦੀ ਸਬਜ਼ੀ?
ਮਨਜਿੰਦਰ, ਛੋਲਿਆਂ ਦੀ ਸਬਜ਼ੀ ਕਿਹੋ ਜਿਹੀ ਲੱਗੀ ਪੁੱਤ? ਮੰਮੀ ਜੀ, ਮੈਂ ਦੋਵੇਂ ਨਹੀਂ ਖਾ ਕੇ ਦੇਖੀਆਂ। ਕੀ ਗੱਲ ਪੁੱਤ, ਰੋਟੀ ਕਿਉਂ ਨਹੀਂ ਖਾ ਰਿਹਾ? ਮਾਮਾ ਜੀ, ਮੈਂ ਰੋਟੀ ਨਹੀਂ ਖਾਣੀ, ਮੈਨੂੰ ਤਾਂ ਮੇਰਾ ਦਰਖਤ ਲਾ ਕੇ ਦਿਓ। ਖਾ ਲੈ ਹੁਣ, ਅੱਧੀ ਰਾਤ ਨੂੰ ਕਿੱਥੋਂ ਲਾ ਕੇ ਦੇ ਦੇਈਏ ਤੈਨੂੰ ਬਰੋਟਾ? ਲੈ ਪੁੱਤ, ਇਹ ਵੀ ਕੋਈ ਗੱਲ ਹੈ? ਤੇਰਾ ਮਾਮਾ ਤੜਕੇ ਬੂਟਾ ਲਿਆ ਕੇ ਲਾ ਦੂਗਾ। ਮਾਮੀ ਜੀ, ਮੈਨੂੰ ਮੇਰਾ ਦਰਖਤ ਉੱਡਾ ਹੀ ਕਰਕੇ ਦਿਓ। ਓ ਮਨਜਿੰਦਰ, 5000 ਬਾਲੀਆਂ ਪੋਲੀਆਂ ਗੱਲਾਂ ਕਰਦਾ, ਬੂਟਾ ਲਾਉਣ ਲੱਗਿਆ 10 ਮਿੰਟ ਲੱਗਦੇ ਆ, ਉੱਡਾ ਹੋਣ ਵਾਸਤੇ 16-17 ਸਾਲ ਲੱਗਦੇ ਆ ਮਰੀਜ਼। ਇਹੀ ਤਾਂ ਮਾਮਾ ਜੀ ਮੈਂ ਸਮਝਾਉਣਾ ਚਾਹੁੰਦਾ, ਆ ਕੰਧਾਂ ਹੁਣ ਨੂੰ 5 ਦਿਨ ਲੱਗਣੇ ਆ ਤੇ ਸਾਂਝ ਬਣਨ ਨੂੰ ਉਮਰਾਂ ਲੱਗ ਜਾਂਦੀਆਂ। ਜੀ ਤੁਸੀਂ ਅਚਾਰ ਨਾਲ ਖਾਂਦੇ ਰੋਟੀ? ਲਿਆ ਦੇ। ਮੈਨੂੰ ਨੀ ਭੁਲੇਖੇ ਲੱਗਦੇ ਹੁੰਦੇ। ਅੱਛਾ, ਤੂੰ ਕੰਮ ਕਰ ਆਪਣਾ। ਉਹ ਸਿਲੰਡਰ ਵਾਲਾ ਲੈ। ਬੀਬੀ ਜੀ, ਮੈਨੂੰ ਤਾਂ ਤੁਹਾਡੀ ਨੂੰਹ ਉਸ ਕਮਲੀ ਜੀ ਲੱਗਦੀ ਹੈ। ਕੁੜੇ ਕਾਂ ਨੂੰ ਕੋਈ ਕੋਈ ਜਵਾਕ ਨਿਆਣ ਮੱਤ ਹੁੰਦਾ, ਐਵੇਂ ਨਾ ਕਿਸੇ ਕੋਲੇ ਕਹਿ ਦੀ। ਪਿੱਠੂ ਖੇਡਦੇ ਹੋ? ਆਪਾਂ ਵੀ ਖੇਡਣਾ। ਅਸੀਂ ਨਹੀਂ ਖੜਾਉਣਾ, ਤੁਸੀਂ ਸਾਡੇ ਕੁੱਟ ਪਵਾ ਦਿੰਦੇ ਹੋ। ਪੁੱਲੀਆ ਲੈ ਇੱਧਰ। ਸੋਚ ਲਾ ਪੁੱਤ, ਵੀਰਾ ਤੇਰਾ ਬੱਤੇ ਲੈਣ ਗਿਆ, ਮਿਲਣਗੇ ਉਹਨੂੰ ਹੀ ਜਿਹੜਾ ਮੈਨੂੰ ਖੜਾਊ। ਹੈਂ, ਚਲੋ ਫਿਰ ਆ ਜਾਓ। ਪਹਿਲੀ ਵਾਰੀ ਮੇਰੀ, ਦੂਜੀ ਮੇਰੀ, ਤੀਜੀ ਮੇਰੀ, ਚੌਥੀ ਮੇਰੀ, ਪੈਂਟ ਪਾਣ ਮੇਰੀ ਹੈ। ਹਾਂ, ਚਲੋ ਆ ਜਾਓ। ਚਲੋ ਚਲੋ ਚਲੋ। ਉਹ ਸਰਦਾਰ ਜੀ, ਅੱਜ ਧੱਕਾ ਲਵਾਈਏ, ਐਵੇਂ ਨਹੀਂ ਹੋਣਾ ਹੈ ਸਟਾਰਟ। ਲਗਨ ਤੇ ਜਾ ਮਾੜਾ ਜਾ ਧੱਕਾ ਲਵਾ ਦੇ। ਚਲੋ ਛੇ ਚਲੋ ਛੇ। ਰਾਮ ਰਾਮ ਲਾਲਾ ਜੀ। ਆ ਵੀ ਬਿੰਦਰ ਸਿਆ। ਲਾਲਾ ਜੀ, ਠੰਡੇ ਹੈਗੇ ਠੰਡੇ? ਉਹ ਮੁੰਡਿਆ, ਆ 2 ਠੰਡੇ ਲਿਆ। ਅੱਛਾ, ਚਾਹ ਬਣਾਈਏ? ਚਾਹ ਤਾਂ ਬਣਾ ਲਿਓ ਜੀ, ਇਹ ਨਹੀਂ ਸਮਝ ਆ ਰਹੀ ਪਹਿਲਾਂ ਠੰਡਾ ਪੀਏ ਕਿ ਚਾਹ। ਜਾਣੀ ਦੀ ਠੰਡੇ ਹੋ ਕੇ ਤੱਤੇ ਹੋਈਏ ਜਾਂ ਤੱਤੇ ਹੋ ਕੇ ਠੰਡੇ ਹੋਈਏ? ਗੱਲ ਆ ਵੀ ਚਾਹ ਤਾਂ ਸਾਡਾ ਪਿਆਰ ਹੈ ਤੇ ਠੰਡਿਆਂ 'ਚ ਸਾਡਾ ਵਪਾਰ ਹੈ, ਅੱਗੇ ਤੁਹਾਡੀ ਮਰਜ਼ੀ। ਚਾਹ ਤਾਂ ਰਹਿਣ ਦਿਓ ਜੀ, ਤੁਸੀਂ ਐਂ ਕਰੋ, ਇੱਕ ਡਾਲਾ ਠੰਡਿਆਂ ਦਾ ਨਾ ਗੱਡੀ 'ਚ ਰਖਾ ਦਿਓ। ਉਹ ਮੁੰਡਿਆ, ਇੱਕ ਡਾਲਾ ਠੰਡਿਆਂ ਦਾ ਗੱਡੀ 'ਚ ਰੱਖ। ਚੰਗਾ ਜੀ। ਅੱਛਾ, ਕਾਕਾ ਪਛਾਣਿਆ ਨਹੀਂ ਮੈਂ? ਮੇਰੀ ਭੂਆ ਦਾ ਮੁੰਡਾ ਮਨਜਿੰਦਰ ਹੈ। ਉਹ ਪਟੂਆ, ਤੂੰ ਐਡਾ ਵੱਡਾ ਹੋ ਗਿਆ, ਬੜੀ ਦੇਰ ਬਾਅਦ ਦੇਖਿਆ ਤੈਨੂੰ ਤਾਂ। 16 ਸਾਲ ਬਾਅਦ ਆਇਆ। ਨਿੱਕੇ ਹੁੰਦੇ ਤੂੰ ਬਹੁਤ ਆਉਂਦਾ ਸੀ ਦੁਕਾਨ 'ਤੇ, ਕਦੇ ਪਕੌੜੀਆਂ ਲੈ ਗਿਆ, ਕਦੇ ਪਤੰਗ ਲੈ ਗਿਆ। ਨਾਨਕਿਆਂ ਦੀ ਯਾਦ ਨਹੀਂ ਆਈ ਤੈਨੂੰ? ਬਸ ਜੀ,
ਇੱਕ ਗੱਲ ਹੈ ਬਈ, ਇਹ ਬਦਲ ਬਹੁਤ ਗਿਆ। ਪਰ ਆ ਦੁਕਾਨ ਨਹੀਂ ਬਦਲੀ ਜੀ, ਉਹ ਜੀ ਉਹ ਪਈ ਆ। ਧਿਆਨ ਨਾਲ ਰੱਖਿਓ ਮੁੰਡਿਆ, ਕੱਚ ਦੀਆਂ ਬੋਤਲਾਂ ਟੁੱਟਣਾ ਜਾਣ ਕਿਤੇ। ਜੀ ਆ ਲਓ ਜੀ, ਪੈਸਿਆਂ ਦਾ ਕੀ ਸੀ, ਫਿਰ ਆ ਜਾਂਦੇ। ਇੱਕ ਮਿੰਟ ਜੀ, ਇਹਨਾਂ ਦੇ ਰਹਿ ਗਏ ਜੀ। ਉਹ ਜਾਣਦੇ ਭਾਣਜੇ ਆ, ਨਿੱਕਾ ਹੁੰਦਾ ਰੂੰਗੇ ਮੰਗਦਾ ਸੀ, ਹੁਣ ਤੇਰੇ ਕੋਲ ਜ਼ਿਆਦਾ ਪੈਸੇ ਆ ਗਏ। ਚਲੋ ਕੋਈ ਨਾ, ਫਿਰ ਵੀ ਦੱਸੋ ਜੀ। ਉਹ ਲੈ ਜਾ ਫਿਰ ਵੀ ਦੋ ਦੀਵਾਨ ਹੈ। ਲਾ ਦੇਣਾ ਮੈਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ। ਆ ਗਈ ਇਸੇ ਡੈਣ ਨੇ ਅੱਗ ਲਾਈ। ਹੋਰ ਮੈਂ ਤਾਂ ਜਿਹੜੀ ਬੱਸੇ ਆਈ ਹੈ ਉਸੇ ਬੱਸੇ ਜਾਣਾ ਹੈ। ਮੈਂ ਤਾਂ ਇੱਕ ਉਹਨਾਂ ਦਾ ਸੁਨੇਹਾ ਲੈ ਕੇ ਆਈ ਸੀ। ਉਹ ਕਹਿੰਦੇ ਆ ਤਿੰਨਾਂ ਜੀਜਿਆਂ ਨੂੰ ਅਤੇ ਫੁੱਫੜ ਨੂੰ ਚੈਨੀਆਂ ਪਾਉਣੀਆਂ। ਮੁੰਡੇ ਦੀ ਮਾਂ, ਦਾਦੀ ਅਤੇ ਭੂਆ ਨੂੰ ਰੇਸ਼ਮੀ ਸੂਟ ਲਾਉਣੇ ਆ। ਭੈਣ ਜੀ ਇੰਨਾ ਸੱਤ ਹੋਣਾ ਨਹੀਂ, 3 ਲੱਖ ਤਾਂ ਊਂ ਅਸੀਂ ਦੇ ਹੀ ਰਹੇ ਹਾਂ, ਉਹ ਵੀ ਕਰਜ਼ਾ ਚੱਕ ਕੇ। ਇੰਨਾ ਨਹੀਂ ਕੀਤਾ ਜਾਣਾ ਭੈਣ ਜੀ ਸਾਡੇ ਕੋਲੋਂ। ਜੇ ਉੱਠਾਂ ਵਾਲਿਆਂ ਨੇ ਯਾਰੀਆਂ ਲਾਈਆਂ ਤਾਂ ਦਰਵਾਜ਼ੇ ਤਾਂ ਉੱਚੇ ਕਰਨੇ ਹੀ ਪੈਣੇ ਆ, ਇੰਨਾ ਕੁ ਤਾਂ ਤੁਹਾਨੂੰ ਕਰਨਾ ਹੀ ਪਊ। ਉਹ ਤਾਂ ਕਹਿੰਦੇ ਸੀਗੇ ਹੋਰ, ਪਰ ਮੈਂ ਕਹਿ ਕੇ ਘੱਟ ਕਰਾਤਾ। ਆਖਰ ਮੁੰਡਾ ਵੀ ਤਾਂ ਬਾਹਰੋਂ ਆਇਆ, ਰਿਸ਼ਤੇਦਾਰ ਵੀ ਤਾਂ ਤਕੜੇ ਆ, ਲੋਕ ਲੱਜਾ ਨੂੰ ਇੰਨਾ ਕੁ ਤਾਂ ਕਰਨਾ ਹੀ ਪਊਗਾ। ਰਾਜੀ ਪੁੱਤ ਤੂੰ ਠੀਕ ਹੈ? ਹਾਂਜੀ ਭਾਈ, ਦਾਲ ਸਬਜ਼ੀ ਵਧੀਆ ਬਣਾਉਣੀ ਸਿੱਖ ਲਈ। ਹਾਂਜੀ ਬਾਹਰ ਜਾ ਕੇ ਤੂੰ ਹੀ ਤਾਂ ਸਾਰਾ ਘਰ ਸੰਭਾਲਣਾ ਹੈ। ਸਾਡੀ ਤਾਂ ਬੁੜੀ ਨਹੀਂ ਠੀਕ। ਅੱਛਾ ਕੁੜੇ ਰਾਜੀ, ਤੈਨੂੰ ਕਰੋਸ਼ੀਆ ਆਉਂਦਾ ਬੁਣਨਾ? ਹਾਂਜੀ ਬੁਣ ਲੈਂਦੀ ਹਾਂ। ਚੱਲ ਕੰਮ ਆਉਣ ਵਾਲੀਆਂ ਚੀਜ਼ਾਂ। ਹਾਂਜੀ ਹਾਂਜੀ। ਆਹਾ ਕੰਧਾਂ ਕਿੰਨੀਆਂ ਕੁੱਚੀਆਂ ਕਰਨੀਆਂ? 4 ਫੁੱਟ ਕਹਿੰਦੇ ਭੈਣ ਜੀ। ਮੈਂ ਕਹਿੰਦੀ 4 ਫੁੱਟ ਛੱਡੋ, 7-7 ਫੁੱਟ ਕਰੋ, ਐਵੇਂ ਮਨੁੱਸਾਂ ਦੀ ਸ਼ਕਲ ਦਿਸੂਗੀ, ਨਾਲੇ ਨਜ਼ਰ ਲਾਉਣਗੇ। ਚਲੋ ਦੇਖਦੇ ਹਾਂ ਭੈਣ ਜੀ। ਮੇਰਾ ਤਾਂ ਜੀ ਕਰਦਾ ਨਾ ਤੇਰੀ ਜਠਾਣੀ ਨੂੰ ਦੇਖ ਕੇ ਜੁੱਤੀ ਲਾ ਲਾ। ਭੈਣ ਜੀ ਚੱਲ ਤੂੰ ਫਿਕਰ ਨਾ ਕਰ, ਜਿਨ੍ਹਾਂ ਦੇ ਦਿਲ ਕਾਲੇ ਹੁੰਦੇ ਆ ਨਾ ਰੱਬ ਆਪੇ ਉਹਨਾਂ ਦਾ ਮੂੰਹ ਕਾਲਾ ਕਰਦਾ। ਹਾਏ ਹਾਏ ਆ ਕੀ ਕਰਤਾ ਨੀ ਭੈਣ ਜੀ, ਇਹ ਕੀ ਹੋਇਆ ਭੈਣ ਜੀ? ਆਲੋ ਇਹਦੇ ਨਾਲ ਸਾਫ਼ ਕਰ। ਨਹੀਂ ਮੈਂ ਤਾਂ ਵਾਪਸ ਮੁੜਨਾ ਸੀ। ਮੈਂ ਕਰਦੀ ਹਾਂ। ਉਹ ਦੇਖ ਕੇ ਤੁਰੀਦਾ ਹੁੰਦਾ ਜੀ ਮਾੜਾ ਜਿਹਾ। ਉਹ ਗਲਤੀ ਤਾਂ ਚਲੋ ਸਾਡੀ ਸੀ। ਇਹ ਹੈ ਕੌਣ ਜਿਹੜੀ ਪੂਰਾ ਪੂਰਾ ਜੱਗ ਨਾਲ ਇੱਡੀ ਕੋਟ ਖੇਡ ਰਹੀ ਹੈ? ਭੈਣ ਜੀ ਇਹ ਸਾਡੀ ਭਾਣਜਨੂ ਹੈ, ਗੁੱਸਾ ਨਾ ਕਰ। ਸਤਿ ਸ੍ਰੀ ਅਕਾਲ ਜੀ। ਬੱਚੀ ਸਤਿ ਸ੍ਰੀ ਅਕਾਲ ਦੀ। ਨਹੀਂ ਰਾਜੀ ਤੇਰਾ ਬਹੁਤਾ ਇਹਦੇ ਨਾਲ ਸੇਲਪਣਾ ਤਾਂ ਨਹੀਂ, ਤੂੰ ਬਾਹਰ ਜਾਣਾ, ਰਾਜ ਕਰਨਾ ਰਾਜ, ਇਹਨਾਂ ਨੇ ਤਾਂ ਇੱਥੇ ਧੱਕੇ ਖਾਣੇ ਆ, ਅੱਖੀ ਦੋ ਨਹੀਂ ਖੇਡਣਾ। ਨਾਲੇ ਤੂੰ ਨਾ ਵੱਡੀਆਂ ਵੱਡੀਆਂ ਗੱਡੀਆਂ 'ਚ ਘੁੰਮਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਇਹ ਕਾਕਾ ਮੈਂ ਸਿਆਣਿਆ ਨਹੀਂ। ਇਹ ਸਾਡਾ ਭਾਣਜਾ ਹੈ ਭੈਣ ਜੀ। ਅੱਛਾ, ਕਿਹੜੇ ਪਿੰਡੋਂ ਆ? ਨਰਾਇਣਗੜੋਂ ਆ ਜੀ। ਨਰਾਇਣਗੜ ਜਿਹੜਾ ਮਲੋਹ ਕੋਲੇ ਆ? ਹਾਂਜੀ। ਅੱਛਾ, ਨਰਾਇਣਗੜੀਆ ਸਰਦਾਰਾਂ ਚੋਂ ਹੈ ਤੁਸੀਂ? ਹਾਂਜੀ ਹਾਂਜੀ। ਤੁਹਾਡਾ ਤਾਂ ਭਾਈ ਬਥੇਰਾ ਨਾਂ ਸੁਣਿਆ। ਇਹ ਬੇਟੀ ਤੁਹਾਡੇ ਘਰੋਂ ਹੋਣੀ ਹੈ? ਹਾਂਜੀ। ਸ਼ਾਬਾਸ਼, ਛੁੱਟੀਆਂ ਕੱਟਣ ਆਏ ਹੋਵੋਗੇ ਨਾਨਕੇ? ਚੱਲ ਭਾਈ, ਇਹ ਵੀ ਚੰਗੀ ਗੱਲ ਹੈ, ਜਵਾਕਾਂ ਨਾਲ ਖੇਡਣਾ ਚਾਹੀਦਾ। ਬੀਬਾ, ਰਾਜੀ ਨੂੰ ਵੀ ਹੁਣ ਬੈਠਣ ਉੱਠਣ ਦੇ ਤਰੀਕੇ ਸਿਖਾ ਦਿਓ। ਰਾਜੀ, ਉਹਦੀ ਭਾਬੀ ਕੋਲੋਂ ਕੁਛ ਸਿੱਖਿਆ ਕਰ, ਇਹਨੇ ਵੀ ਹੁਣ ਵੱਡੇ ਘਰ ਜਾਣਾ। ਚੱਲ ਭੈਣੇ, ਮੇਰਾ ਮੂੰਹ ਧਵਾ ਦੇ, ਕਵੇਲਾ ਹੁੰਦਾ। ਹਾਂ ਹਾਂ, ਚਲੋ ਭੈਣ ਜੀ। ਉਹ ਯਾਰ, ਹਿੰਦੀ ਵਾਲੀ ਮੈਡਮ ਨੇ ਕੰਮ ਹੀ ਬੜਾ ਦਿੱਤਾ। ਭਾਬੀ ਜੀ, ਸੱਚ ਪੁੱਛੇ ਤਾਂ ਮੈਨੂੰ ਇਹ ਬੰਦੇ ਜਮ੍ਹਾਂ ਨਹੀਂ ਪਸੰਦ। ਕੌਣ ਨਹੀਂ ਪਸੰਦ? ਪਰਿਵਾਰ ਨਹੀਂ ਪਸੰਦ ਕਿ ਮੁੰਡਾ ਨਹੀਂ ਪਸੰਦ? ਨਾ ਤਾਂ ਪਰਿਵਾਰ ਪਸੰਦ ਹੈ, ਨਾ ਹੀ ਉਹ ਮੁੰਡਾ। ਉਹ ਹੀ ਲੰਗੂਰ ਜਿਹਾ ਲੱਗਦਾ, ਨਾਲ ਮੇਰਾ ਜੀ ਨਹੀਂ ਕਰਦਾ ਐਡੀ ਦੂਰ ਜਾਣ ਨੂੰ। ਮੈਨੂੰ ਤਾਂ ਵਿਚੋਲਣ ਵੀ ਡੈਣ ਜੀ ਲੱਗੀ। ਇਹ ਜੀ ਉਹ ਆ, ਭਾਬੀ ਕਿਹੋ ਜਿਹੀ ਕਿਸਮਤ ਹੁੰਦੀ ਹੈ ਨਾ ਆਪਣੀ ਕੁੜੀਆਂ ਦੀ। ਜਿੱਥੇ ਅਸੀਂ ਜੰਮੀਆਂ ਹੁੰਦੀਆਂ, ਖੇਡੀਆਂ ਹੁੰਦੀਆਂ, ਕਿਸੇ ਦਿਨ ਉਹ ਘਰ ਬੇਗਾਨਾ ਹੋ ਜਾਣਾ ਹੁੰਦਾ। ਮੈਂ ਜਦ ਕੈਨੇਡਾ ਚਲੀ ਜਾਣਾ, ਪਤਾ ਨਹੀਂ ਮੁੜ ਕੇ ਇਸ ਘਰ ਕਦੋਂ ਵਾਪਸ ਆਉਂਗੀ। ਅਹੀਆਂ ਬੁੱਕੇ, ਮੈਨੂੰ ਤਾਂ ਆਪ ਉੱਦਣ ਹੀ ਪਤਾ ਚੱਲਿਆ ਸੀ ਜਿੱਦਣ ਤੇਰੇ ਵੀਰੇ ਹੁਣੀ ਸ਼ਗਨ ਪਾਉਣ ਆ ਗਏ ਸੀ। ਬੀਜੀ ਕਹਿੰਦੇ ਤੇਰੇ ਸਹੁਰੇ ਆਏ ਨੇ, ਸ਼ਗਨ ਪੈਣਾ ਤੈਨੂੰ। ਘਰ ਘਰ ਇਹੀ ਹਾਲ ਹੈ ਜੀ, ਹਰ ਕੋਈ ਅੱਡ ਉਹਨੂੰ ਫਿਰਦਾ। ਆਹੋ ਜੀ, ਪ੍ਰੀਤਮ ਸਿਆਂ ਆਓ ਬਈ। ਆ ਗਏ ਚਾਚਾ ਜੀ, ਆ ਗਏ। ਓ ਮੇਜਰ। ਹਾਂ ਬਈ। ਚਾਚਾ ਨੂੰ ਬਿਠਾ ਚੱਲ ਕੇ। ਬਿਠਾਉਣਾ ਚਾਚਾ, ਇੱਧਰ ਹਵਾ ਹਾਰੇ ਹੋ ਜਾਓ, ਆਉਣੇ ਆ। ਤੀਰੀ ਓਏ, ਇੱਧਰੋਂ ਦੋ ਕੁਰਸੀਆਂ ਚੱਕ ਲਿਆ, ਚਾਚੇ ਹੋਰੀ ਆਏ ਆ। ਓਏ ਹਿੰਮਤ ਕਰਕੇ ਆ ਜਾਓ ਕਾਕਾ, ਮੈਂ ਅੱਗੇ ਨਾਭੇ ਕਚਹਿਰੀਆਂ 'ਚ ਵੀ ਜਾਣਾ। ਆ ਗਏ ਜੀ, ਆ ਗਏ, ਤੁਸੀਂ ਬੈਠੋ। ਪੁੱਤ ਤੂੰ ਮਨਜਿੰਦਰ। ਹਾਂਜੀ ਮਾਮਾ ਜੀ। ਪਾਉਣ ਵਾਸਤੇ ਮੈਂ ਪਿੰਡੋਂ ਚਾਚੇ ਹੋਰਾਂ ਨੂੰ ਸੱਦਿਆ। ਤੇਰੇ ਨਾਨਾ ਜੀ ਨੇ ਬੜੀ ਲਿਹਾਜ਼ ਸੀ ਇਹਨਾਂ ਦੀ। ਅੱਛਾ ਜੀ। ਮੈਂ ਕਹਿਣਾ ਪੁੱਤ, ਜੇ ਤੂੰ ਵੀ ਨਾਲ ਬਹਿ ਜਾਂਦਾ ਤਾਂ ਤੇਰਾ ਨਾਲ ਬਹਿਣਾ ਬਹੁਤ ਜ਼ਰੂਰੀ ਹੈ। ਮਾਮਾ ਜੀ, ਮੈਂ ਤਾਂ ਪਹਿਲਾਂ ਹੀ ਵੰਡੀਆਂ ਦੇ ਹੱਕ 'ਚ ਨਹੀਂ, ਫਿਰ ਮੈਂ ਉੱਥੇ ਬਹਿ ਕੇ ਵੀ ਕੀ ਕਰਨਾ ਜੀ। ਪੁੱਤ, ਵੰਡੀਆਂ ਤਾਂ ਪੈਂਦੀਆਂ ਹੀ ਹੁੰਦੀਆਂ ਨੇ, ਹੁਣ ਸਾਡਾ ਸਾਂਝਾ ਤਾਂ ਤੂੰ ਹੀ ਹੈ। ਨਾਲ ਬਹਿ ਕੇ ਸਹੀ ਵੰਡੀਆਂ ਕਰਾ ਦੇ, ਇਹ ਕੰਮ ਬਹੁਤ ਜ਼ਰੂਰੀ ਹੈ। ਜੇ ਸਹੀ ਵੰਡੀਆਂ ਪੈ ਗਈਆਂ ਨਾ ਤਾਂ ਗਾਹਾਂ ਨੂੰ ਵਰਤਣ ਜੋਗੇ ਰਹਿ ਜਾਂਗੇ, ਨਹੀਂ ਤਾਂ ਸਾਰੀ ਉਮਰ ਇੱਕ ਦੂਜੇ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਵੀ ਜਾਵਾਂਗੇ। ਚਲੋ ਠੁੱਟ, ਆ ਜਾ ਮੇਰਾ ਸ਼ੇਰ, ਆ ਜਾ ਪੁੱਤ, ਆ ਜਾ। ਆਇਆ ਜੀ। ਚਾਚਾ ਜੀ, ਐਵੇਂ ਨਾ ਝੂਰਾ ਲਾਇਆ ਕਰੋ, 20 ਸਾਲ ਤੁਹਾਨੂੰ ਕੁਛ ਨਹੀਂ ਹੁੰਦਾ।
ਆਜਾ ਬਣ ਜਾ, ਆਜਾ ਆਜਾ ਚਾਚਾ ਜੀ, ਆਪਣਾ ਬਣ ਜਾ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ, ਜਿਉਂਦਾ ਰਹਿ ਭਾਈ। ਬੈਠ ਦੋ ਤੁਮਾਨ, ਲੱਸੀ ਲਿਆਓ ਬਾਈ। ਬੜੇ ਸਾਲਾਂ ਬਾਅਦ ਮੁੜ ਕੇ ਆਇਆ ਨਾਨਕੇ। ਹਾਂਜੀ, 16 ਸਾਲ ਬਾਅਦ ਆਏ ਜੀ। ਸਾਨੂੰ ਤਾਂ ਸੀ ਵੀ ਵੀਰ ਕੰਧਾ ਹੋਣੀਆਂ ਰੋਕ ਲੂਗਾ, ਪਰ ਵੀਰ ਤਾਂ ਆਪ ਹੀ ਵੰਡੀਆਂ ਪਾਉਣ ਲੱਗ ਗਿਆ। ਹੋਰ ਕਰੇ ਸਭ ਰਾਜੀ ਖੁਸ਼ੀਆਂ। ਕੋਈ ਨਾ ਬੁੱਕੇ, ਮੈਂ ਕੱਢਦੀ ਹਾਂ ਕੁਛ। ਓਏ ਬਹਾਦਰ ਸਿੰਘ, ਇੱਧਰ ਆ। ਤਾਂ ਪ੍ਰੀਤਮ ਸਿਆ, ਕਰੀਏ ਸ਼ੁਰੂ ਫਿਰ? ਹਾਂਜੀ ਕਰੋ ਜੀ। ਆ ਡੰਗਰ ਬੱਚਾ ਕੀ ਆਪਣੇ ਕੋਲ? ਚਾਰ ਬੈੜੀਆਂ ਨੇ ਜੀ, ਦੋ ਬੱਚੀਆਂ ਨੇ ਤੇ ਤਿੰਨ ਮੱਝਾਂ ਨੇ ਤੇ ਦੋ ਕੱਟੀਆਂ ਨੇ। ਦੋ ਕੱਟੀਆਂ ਨੇ ਜੀ। ਅੱਛਾ ਅੱਛਾ। ਖੁੰਡਾ ਦਿਸਦਾ ਪਿਆ? ਓਹ ਹਾਂਜੀ, ਉਹਨੂੰ ਚੱਕ ਕੇ ਨਾ ਲੁਕਾ ਦੇ ਟੁੱਕੇ ਵਾਲੀ ਮਸ਼ੀਨ 'ਚ। ਪਤਾ ਟੁੱਕੇ ਵਾਲੀ ਮਸ਼ੀਨ 'ਚ? ਹਾਂ, ਚੁੱਲ੍ਹੇ 'ਚ ਪਾ ਦੇ। ਚੁੱਲ੍ਹੇ 'ਚ ਪਤਾ, ਠੀਕ ਹੈ। ਪ੍ਰੀਤਮ ਸਿਆਮ, 32 ਏਕੜ ਜ਼ਮੀਨ ਤੁਹਾਡੀ ਵਾਰ ਹੈ ਤੇ ਚਾਰ ਨਿਆਂਈ 'ਚ ਨੇ। ਹਾਂਜੀ, ਮੋਟਰਾਂ ਤਿੰਨ ਨੇ ਜੀ। ਅਤੇ ਨਿਆਂਈ 'ਚ ਵੀ ਤੁਹਾਡੀ ਮੋਟਰ ਹੈਗੀ ਹੈ? ਨਹੀਂ ਚਾਚਾ, ਨਿਆਂਈ 'ਚ ਅਸੀਂ ਰਾਜੂ ਪਾਣੀ ਤੱਕ ਤੋਂ ਪਾਣੀ ਲੈਂਦੇ। ਅੱਛਾ, ਅਤੇ ਖੇਤੀ ਦੇ ਸੰਦ ਕੀ ਹੈ? ਉਹ ਚਾਚਾ ਜੀ, ਖੇਤੀ ਦੇ ਸਾਰੇ ਸੰਦ ਹੈਗੇ ਨੇ ਜੀ। ਕੀ ਤੀਰਥਿਆਂ? ਹਲ, ਤਵੀਆਂ, ਸੁਹਾਗਾ, ਟਰੈਕਟਰ ਟਰਾਲੀ, ਇੱਕ ਥਰੈਸ਼ਰ ਹੈ ਅਤੇ ਘਲਾੜੀ ਹੈ ਜੀ। ਘਲਾੜੀ ਤੁਸੀਂ ਬੀਜ ਨਹੀਂ ਦਿੱਤੀ ਸੀ? ਉਹ ਨਹੀਂ ਚਾਚਾ, ਸਾਡਾ ਸੌਦਾ ਹੋ ਗਿਆ ਸੀ, ਉਹ ਕੋਟਲੇ ਲੈ ਕੇ। ਆਜਾ। ਪਰ ਪਤਾ ਕੀ ਹੋਇਆ, ਉਹਨੇ ਕੋਈ ਹੱਥ ਬਾਹ ਨਹੀਂ ਫੜਾਈ, ਇੰਨੇ ਨੂੰ ਸੌਦਾ ਕੈਂਸਲ ਹੋ ਗਿਆ। ਬਾਈ ਦਾ ਰੱਖ ਲਓ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੁੰਦੀ ਰਹਿਤੀ ਹੈ। ਲੱਸੀ ਲਓ ਜੀ। ਮੈਨੂੰ ਲੱਗਦਾ ਮਖਿਆਲ ਹੋ ਗਿਆ ਆਪਣੇ। ਹਾਂਜੀ, ਮੈਨੂੰ ਵੀ ਲੱਗਿਆ ਕੱਲ। ਆਹੋ ਲੱਗ ਜਾਣਾ ਕਿਤੇ, ਮੈਂ ਤਾਂ ਨੱਪ ਹੀ ਜਾਣਾ ਸੀ। ਹੁਣ ਘਰ ਜਾ ਕੇ ਕੱਪੜੇ ਬਦਲਣੇ ਪੈਣੇ ਆ। ਚੰਗਾ ਵੀ ਪਾਬੀ ਕਰਦਾ ਕੰਮ। ਖੁੰਡਾ ਕਿੱਥੇ ਆ? ਉਹ ਤਾਂ ਚੁੱਲ੍ਹੇ 'ਚ ਹੈ। ਚੁੱਲ੍ਹੇ 'ਚ ਕਾਹਤੋਂ ਪਾਤਾ? ਪਾਬੀ ਤੁਸੀਂ ਤਾਂ ਕਿਹਾ ਸੀ। ਮੈਂ ਕਦ ਕਿਹਾ? ਕੱਢ ਕੇ ਲਿਆ ਚੁੱਲ੍ਹੇ 'ਚੋਂ। ਉਹ ਤਾਂ ਹੁਣ ਫੂਕ ਗਿਆ ਹੋਣਾ। ਹਾਏ ਓ ਰੱਬਾ, ਫੂਕਤਾ। ਪਾਬੀ ਮੈਨੂੰ ਨਹੀਂ ਪਤਾ, ਮੈਂ ਤਾਂ ਤੁਹਾਡਾ ਨਾਮ ਲਾਣਾ। ਉਹ ਤਾਂ ਆਪਾਂ ਉੱਪਾ ਨਹੀਂ ਮੰਨਦੇ, ਜਿਹਨੇ ਕੀਤਾ ਉਹ ਹੀ ਭੁਗਤੇ। ਪਾਬੀ ਫਿਰ ਮੈਂ ਹੁਣੇ ਜਾ ਕੇ ਮੁਰਗਾ ਬਣ ਜਾ। ਬਣ ਜਾ, ਮਰਜ਼ੀ ਆ ਤੇਰੀ। ਜੇ ਲਤਾ ਨਾ ਕਰਿਆ ਕਰੋ, ਹੈ ਮੁਰਗੇ ਕਾਹਨੂੰ ਬਣੋ। ਹੈ ਭਲਵਾਨ, ਜੇ ਭਾਬੀ ਚਾਰ ਦਿਨ ਹੋਰ ਨਾ ਨਾ ਗਈ, ਆਪਾਂ ਨੇ ਬਾਂਗਾ ਦੇਣ ਲੱਗ ਜਾਣਾ। ਸਹੀ ਗੱਲ ਹੈ ਯਾਰ। ਇਹਦਾ ਤੇਲ ਪਾਣੀ ਤੂੰ ਆਪੇ ਚੈੱਕ ਕਰ ਲੈਣਾ। ਹੋਰ ਇੰਨਾ ਕੁ ਕੰਮ ਤਾਂ ਘਰੇ ਕਰ ਲਈਦਾ ਆਪਾਂ। ਮਿਸਤਰੀ ਜੀ, ਉੱਪਰ ਸੇ ਕੋਈ ਰੋੜਾ ਮਾਰ ਰਹਾ ਹੈ। ਓ ਚਲੋ, ਰੋੜੇ ਹੀ ਮਾਰ ਰਿਹਾ ਹੈ, ਕੋਈ ਬੰਬ ਤਾਂ ਨਹੀਂ ਮਾਰ ਰਿਹਾ ਤੇਰੇ। ਮਿਸਤਰੀ ਜੀ, ਹਮ ਕੌਣ ਹੈ? ਕੋਈ ਦੁਸ਼ਮਣ ਦੇਸ਼ ਕੇ ਫੌਜੀ ਹੈ ਜੋ ਹਮ ਪੇ ਕੋਈ ਬੰਬ ਮਾਰੇਗਾ ਜੀ। ਆਹ ਵਧੀਆ, ਇੰਨੇ ਗਰਾਂਟ ਤਾਂ। ਥੋੜੀ ਪੈਸੇ ਬਣਨੇ ਮਿਸਤਰੀਆਂ ਕੋਲ ਜਾ ਕੇ।
ਦੇਖੋ ਜੀ ਨਿਆਣੇ ਬਹੁਤ ਹੈਰਾਨ ਕਰ ਰਹੇ ਹੈ। ਮਿਸਤਰੀ ਜੀ ਕਰ ਲਈਦਾ ਨਿਆਣਾ ਨਹੀਂ, ਉਹਨੂੰ ਹੋਰ ਮਾਰ ਰਿਹਾ ਹੈ। ਉਹ ਤੂੰ ਮੈਂ ਤੋਂ ਵੱਧ ਸਿਆਣਾ ਹੈ, ਚੁੱਪ ਕਰਕੇ ਕੰਮ ਕਰ ਆਪਣਾ। ਮਿਸਤਰੀ ਜੀ ਕਾਹੇ ਆਦਾ ਸੱਚ ਬੋਲ ਰਹੇ ਹੋ ਜੀ? ਹਲੇ ਤਾਂ ਰੋੜੇ ਹੀ ਵੱਜ ਰਹੇ ਹੈ, ਜੇ ਪੂਰਾ ਸੱਚ ਬੋਲਤਾ ਤਾਂ ਜੁੱਤੀਆਂ ਵੱਜਣਗੀਆਂ ਤੇਰੇ। ਇੱਕ ਮਿੰਟ ਮੈਂ ਕੋਈ ਨਾ ਕੰਮ ਵੱਲ ਧਿਆਨ ਦੇ। ਕਿਹਾ ਸੀ ਕੰਧਾਂ ਨਹੀਂ ਹੋਣ ਦੇਣੀਆਂ, ਹੁਣ ਆਪ ਮਾਮਾ ਜੀ ਹੁਣੀ ਨਾਲ ਰਲ ਗਏ। ਮਿਸਤਰੀ ਮਾਮਾ ਜੀ ਦੇ ਵੱਟੇ ਮਾਰ ਕੇ ਕੀ ਮਿਲ ਜੂ? ਗੁੱਡੀਏ ਕੰਧਾਂ ਮਾਮਾ ਜੀ ਹੁਣ ਇਹ ਦਿਲਾਂ 'ਤੇ ਹੋ ਰਹੀਆਂ ਨੇ, ਆਪਾਂ ਉੱਥੇ ਹੁਣ ਰੁਕਣੀਆਂ ਨੇ। ਆ ਵਿਹੜੇ ਵਾਲੀਆਂ ਤਾਂ ਆਪੇ ਰੁਕ ਜਾਣੀਆਂ ਨੇ। ਇੱਕ ਮਿੰਟ ਸੁਣਿਓ ਜੀ, ਰਾਜੀ ਤੇਰਾ ਵੀਰਾ ਮੇਰੇ ਤੋਂ ਰੁੱਸ ਗਿਆ। ਭਾਬੀ ਜਦ ਵੀਰਾ ਛੋਟੇ ਹੁੰਦੇ ਵੀ ਰੁੱਸ ਜਾਂਦਾ ਸੀ ਨਾ, ਉਹ ਉੱਥੇ ਦਿਉੜੀ ਜਾ ਕੇ ਬਹਿ ਜਾਂਦਾ ਸੀ। ਜੀ ਮੈਂ ਲੱਸੀ ਲੈ ਕੇ ਆਵਾਂ ਤੁਹਾਡੇ ਵਾਸਤੇ? ਨਹੀਂ ਲੋੜ ਨਹੀਂ, ਕੁਛ ਹੋਰ। ਸੁਣ ਚਾਨਣ ਦੇ ਪਰਛਾਵੇ ਕਾਤੋਂ ਐਵੇਂ ਰੁੱਸੇ ਜਾਵੇ, ਚਾਨਣ ਦੇ ਪਰਛਾਵੇ ਕਾਤੋਂ ਐਵੇਂ ਰੁੱਸੇ ਜਾਵੇ। ਸ਼ੋਰ
ਗਲਤੀਆਂ ਤਾਂ ਹੋ ਜਾਂਦੀਆਂ ਹੁੰਦੀਆਂ ਨੇ ਬੰਦੇ ਤੋਂ। ਤੁਸੀਂ ਤਾਂ ਨਾਰਾਜ਼ ਹੀ ਹੋ ਕੇ ਬਹਿ ਗਏ। ਨਾਰਾਜ਼ ਥੋੜੀ ਹਾਂ ਮੈਂ, ਉਹੀ ਤੈਨੂੰ ਤੰਗ ਕਰਦਾ ਸੀ। ਸੱਚੀ ਕੋਈ ਕਰਦੇ ਸੀ, ਰਾਜ਼ ਨਹੀਂ ਹੈਗੇ। ਕਦੇ ਕੋਈ ਆਪਣੀ ਰੂਹ ਤੋਂ ਵੀ ਨਾਰਾਜ਼ ਹੋਇਆ? ਹਾਂਜੀ ਚੱਲ ਤੂੰ ਇਹ ਦੱਸ, ਕੁਲਫੀ ਖਾਣੀ ਆ? ਉਹ ਤਾਂ ਖਾ ਲੂੰਗੀ। ਆ ਜਾ ਫਿਰ। ਓ ਜਵਾਕੋ ਜਵਾਕੋ, ਇਹਨੇ ਕੁਲਫੀ ਖਾਣੀ ਆ, ਬੈਠੋ ਗੱਡੀ ਚ। ਹੰਜਿੰਦਰ ਹਾਂਜੀ, ਤੂੰ ਬਾਲਾ ਹੀ ਚਮੜਾ ਹੀ ਜਾਣਾ ਜਵਾਕਾਂ ਨੂੰ, ਇਹਨਾਂ ਨੇ ਵਿਗੜ ਜਾਣਾ। ਮਾਮੀ ਜੀ, ਕਦੇ ਜਵਾਕ ਵੱਧ ਕੁਲਫੀਆਂ ਖਾ ਕੇ ਵੀ ਵਿਗੜੇ ਨੇ? ਦੱਸੋ ਤੁਸੀਂ, ਇਹ ਦੱਸੋ ਰਾਜੀ ਕਿੱਥੇ ਆ? ਉਹ ਤਾਂ ਵਿਛਣੇ ਕੇ ਘਰੇ ਗਈ ਆ ਪੁੱਤ। ਚਲੋ ਉਹਨੂੰ ਮੈਂ ਉੱਥੇ ਹੀ ਬਿਠਾਉਣਾ। ਚੰਗਾ ਆਓ ਵੀ ਆਓ, ਬੈਠੋ। ਜੀਤੀ ਨੇ ਨਹੀਂ ਖਾਣੀ। ਜੀਤੀ ਓਏ, ਖੀਰ ਨਹੀਂ ਖਾਣੀ? ਉਹ ਖਾਣੀ ਹੈ, ਕਿੱਥੇ ਹੈ? ਦੇ ਕੁੜੇ ਖੀਰ ਮੁੰਡੇ ਨੂੰ। ਚੰਗਾ ਜੀ, ਦਿੰਨੇ ਆ ਪੁੱਤ। ਲੈ ਜੀਤੀ, ਖੀਰ ਸਵਾਦ ਹੈ ਪੁੱਤ? ਹਾਂਜੀ ਬਹੁਤ ਸਵਾਦ ਹੈ। ਖੀਰ ਰੱਖ ਦੇ ਕੰਨ ਤੇ, ਤੈ ਨਹੀਂ ਖਾਣੀ। ਖਾ ਲੈਣ ਦਿਓ ਭੈਣ ਜੀ, ਕਿਉਂ ਰੋਕਿਆ ਜਵਾਕ ਨੂੰ? ਇਹ ਨੰਗਾ ਦਾ ਦੋਤਾ ਵਿਚਾਰਾ, ਤੁਹਾਡੀ ਰਾਜਿਆਂ ਦੀ ਖੀਰ ਇਹਦੇ ਹਜਮ ਨਹੀਂ ਹੋਣੀ। ਕੁੜੇ ਹਰਵੰਸ ਕੁਰੇ, ਤੂੰ ਤਾਂ ਬਹੁਤ ਹੀ ਕੌੜੀ ਹੋ ਗਈ। ਨੰਗ ਜੱਟਾਂ ਦੇ ਉਹ ਆਈ ਆ ਭੈਣ ਜੀ, ਤੁਹਾਡੀ ਸਰਦਾਰਾਂ ਜਿੰਨੀ ਅਕਲ ਮੈਨੂੰ ਕਿੱਥੋਂ ਆ ਜਾਓ? ਓਏ ਚੰਦ ਓਏ, ਤੇ ਤੋਂ ਟਾਲੀ ਨਹੀਂ ਜਾਂਦੀ ਹੈ, ਕਿਵੇਂ ਲੜਨ ਨੂੰ ਪੈਂਦੀ ਹੈ? ਬਾਈ ਜੀ, ਇਹ ਪਿੱਠ ਸਿਆਪਾ ਤਾਂ ਆਈ ਚੱਲੂਗਾ। ਜਾਂ ਤਾਂ ਜਾਗਰ ਮਿਸਤਰੀ ਨੂੰ ਕਹਿ ਦਿਓ ਕਿ ਕੰਧਾਂ ਇੰਨੀਆਂ ਉੱਚੀਆਂ ਕਰ ਦੇਵੇ ਕਿ ਦੂਜਾ ਦੂਜੇ ਨੂੰ ਦੇਖ ਹੀ ਨਾ ਸਕੇ। ਸਾਲਾ ਫਾਹੇ ਵੱਢਿਆ ਜਾਵੇ। ਦੇਖਦੀ ਆ ਬੀਬੀ, ਹਾਂ
ਕਿਹੜੀਆਂ ਸੋਚਾਂ ਵਿੱਚ ਹੈ ਸਰਦਾਰਨੀਏ? ਸਰਦਾਰ ਜੀ, ਰਾਤੀ ਇੱਕ ਮੈਨੂੰ ਸੁਪਨਾ ਆਇਆ। ਕੀ ਸੁਪਨਾ ਆਇਆ? ਜਿਵੇਂ ਮੈਂ ਇੱਕ ਉੱਚੀ ਨੀਵੀਂ ਜਗ੍ਹਾ ਤੇ ਖੜੀ ਹਾਂ ਤੇ ਮਨਜਿੰਦਰ ਮੈਨੂੰ ਕਹਿ ਰਿਹਾ ਹੋਵੇ, ਮਾਂ ਤੇਰੇ ਪੇਕਿਆਂ ਦੇ ਘਰ ਨੂੰ ਤੇਰੀ ਲੋੜ ਹੈ। ਉਹ ਸੁਪਨਾ ਇੰਨਾ ਸਾਫ ਸੀ ਜਿਵੇਂ ਅਸਲ ਜ਼ਿੰਦਗੀ ਹੋਵੇ। ਇੱਥੇ ਕਿਵੇਂ? ਮੈਂ ਹੀ ਬੁਲਾਏ ਨੇ ਜੀ, ਗੱਲ ਕਰਨੀ ਹੈ ਤੁਹਾਡੇ ਸਾਰਿਆਂ ਨਾਲ। ਕੀ ਗੱਲ ਕਰਨੀ ਹੈ ਤੂੰ? ਮਾਮਾ ਜੀ, ਮੈਂ ਤੁਹਾਨੂੰ ਅੱਡ ਨਹੀਂ ਹੋਣ ਦੇਣਾ। ਤੂੰ ਮੈਨੂੰ ਕਹੀ ਜਾਣਾ, ਮੈਂ ਅੱਡ ਹੁੰਦਾ? ਇਹਨੂੰ ਕਹਿ ਜਿਹੜਾ ਅੱਡ ਹੁੰਦਾ। ਕੌਣ ਹੁੰਦਾ? ਤੂੰ, ਹੋਰ ਕੌਣ ਹੁੰਦਾ? ਮੈਂ ਅੱਡ ਹੁੰਦਾ? ਜੇ ਤੁਸੀਂ ਅੱਡ ਕਰਦੇ ਹੋ ਤਾਂ ਹੁੰਦੇ ਹੈ, ਜੇ ਤੁਸੀਂ ਸਾਡੀ ਗੱਲ ਮੰਨ ਲਓ ਅਸੀਂ ਅੱਡ ਕਿਉਂ ਹੋਈਏ? ਜੇ ਰਾਹ ਸਿਰ ਦੀ ਗੱਲ ਕਰੇ ਤਾਂ ਸੁਣੀਏ, ਤੈਨੂੰ ਤਾਂ ਬਸ ਚੌ ਚੜਿਆ ਆ ਲਾਣੇਦਾਰੀ ਦਾ। ਚੌ ਚੜਿਆ ਨਾਲੇ ਹੋਰ ਪੁੱਤ, ਜੇ ਤੂੰ ਇਹਨੂੰ ਇੱਥੋਂ ਖੰਨੇ ਤੱਕ ਦਾ ਰਾਹ ਪੁੱਛ ਲਵੇ ਨਾ, ਸਾਲਾ ਉਹ ਨਹੀਂ ਦੱਸ ਸਕਦਾ ਕਿਸੇ ਨੂੰ, ਗੱਲਾਂ ਵੱਡੀਆਂ ਵੱਡੀਆਂ ਕਰਦਾ। ਬਾਈ, ਤੈਨੂੰ ਸਾਰੀ ਜ਼ਿੰਦਗੀ ਐਂ ਕਿਉਂ ਲੱਗਦਾ ਆ ਰਿਹਾ ਵੀ ਰੱਬ ਨੇ ਸਾਰੀ ਅਕਲ ਸਿਰਫ ਤੈਨੂੰ ਇਕੱਲਿਆਂ ਨੂੰ ਬਖਸ਼ੀ ਹੈ? ਸਾਨੂੰ ਤਾਂ ਤੁਸੀਂ ਬੇਵਕੂਫ ਸਮਝਦੇ ਹੋ। ਬੇਵਕੂਫ ਕਿਉਂ ਨਾ ਸਮਝਾਂ, ਕਿਉਂ ਨਾ ਸਮਝਾਂ ਬੇਵਕੂਫ? ਓ, ਤਿੰਨ ਜਵਾਕ ਨੇ ਇਹਦੇ, ਜ਼ਮੀਨ ਤੇ ਕਰਜ਼ਾ ਲੈ ਕੇ ਧੀ ਵਿਆਹ ਦੂਗਾ, ਬਾਕੀ ਦੋ ਦਾ ਕੀ ਬਣੂ? ਕਿਉਂ, ਮੈਨੂੰ ਨੀ ਪਤਾ ਵੀ ਮੈਂ ਆਪਦੇ ਜਵਾਕ ਕਿਵੇਂ ਪਾਲਣੇ ਨੇ, ਤੁਸੀਂ ਦੱਸੋਗੇ? ਸਵਾ ਪਤਾ ਤੈਨੂੰ, ਟੀਵੀ ਤੇ ਮਗਰ ਲੱਗਿਆ ਫਿਰਦਾ। ਮਨਜਿੰਦਰ, ਮੈਂ ਤਾਂ ਉਹਨਾਂ ਦੀ ਇਹੀ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ, ਜੇ ਅਸੀਂ ਕੋਈ ਗੱਲ ਕਰਦੇ ਆ ਫਿਰ ਇਹ ਬੈਡ ਖਾਣ ਨੂੰ ਪੈਂਦੇ ਨੇ। ਮਾਮਾ ਜੀ, ਬੜੇ ਮਾਮਾ ਜੀ ਤਾਂ ਪਹਿਲੇ ਦਿਨ ਤੁਸੀਂ ਐਂ ਬੋਲਦੇ ਨੇ, ਤੁਹਾਨੂੰ ਇਹ ਹੁਣ ਬੁਰੀਆਂ ਲੱਗਣ ਲੱਗੀਆਂ ਨੇ। ਮੇਜਰ ਮਾਮਾ ਵੀ ਤਾਂ ਹੈਗਾ ਹੀ ਆ, ਇਹਨੂੰ ਨੀ ਬੁਰੀਆਂ ਲੱਗਦੀਆਂ? ਉਹ ਮਨਜਿੰਦਰ ਯਾਰ, ਉਦੋਂ ਮੈਂ ਨਿਆਣਾ ਸੀ ਜਦੋਂ ਬਾਪੂ ਜੀ ਗੁਜਰੇ ਆ, ਹੁਣ ਤਾਂ ਬਾਈ ਸਾਡਾ ਬਾਪੂ ਆ। ਭਾਈ ਸਾਹਿਬ, ਬਾਪੂ ਕਹਾਉਣ ਲਈ ਬਾਪੂ ਬਣਨਾ ਵੀ ਪੈਂਦਾ, ਗੱਲੀ ਬਾਤੀ ਬਾਪੂ ਨਹੀਂ ਬਣਿਆ ਜਾਂਦਾ। ਓਏ, ਬੜੇ ਭਾਈ ਦੇ ਅੰਦਰ ਬਾਪੂ ਉਹਨੂੰ ਦਿੰਦਾ ਜਿਹਦੀ ਆਪਣੀ ਕੋਈ ਸਮਝ ਹੋਵੇ। ਓਏ, ਤੀਵੀਆਂ ਦੇ ਮਗਰ ਲੱਗ ਕੇ ਕੰਧ ਕਰਾਉਣ ਵਾਲੇ ਨੂੰ ਉਹਨੂੰ ਬਾਪੂ ਦਿੰਦਾ? ਓਏ ਯਾਰ ਮਨਜਿੰਦਰ, ਤੂੰ ਯਾਰ ਸਾਨੂੰ ਇੱਥੇ ਬੇਇੱਜ਼ਤੀ ਕਰਾਉਣ ਵਾਸਤੇ ਬੁਲਾਇਆ? ਓ ਨਹੀਂ ਮਾਮਾ ਜੀ, ਤੁਸੀਂ ਬੈਠੋ ਬੈਠੋ, ਮੈਂ ਗੱਲ ਕਰਦਾ। ਆਜੋ ਮਨਜਿੰਦਰ, ਕੋਈ ਗੱਲ ਹੋ ਹੀ ਨਹੀਂ ਸਕਦੀ ਯਾਰ, ਨਾ ਤਾਂ ਬਾਈ ਨਾਲ ਕੋਈ ਗੱਲ ਹੋ ਸਕਦੀ ਹੈ ਤੇ ਨਾ ਹੀ ਕਿਸੇ ਦੀ ਗੱਲ ਸੁਣਦੇ ਹੈ। ਯਾਰ ਨਾਲੇ ਨੇਰੀ ਆ ਰਹੀ ਹੈ, ਸਾਨੂੰ ਘਰ ਜਾਣ ਦੇ। ਮਾਮਾ ਜੀ, ਮਨਜਿੰਦਰ ਬਸ ਬਾਈ ਨੂੰ ਸਿਰਫ ਦੱਸਣਾ ਆਉਂਦਾ, ਸੁਣਨ ਦੀ ਤਾਂ ਆਦਤ ਨਹੀਂ ਬਾਈ ਨੂੰ। ਯਾਰ ਬੱਦਲ ਲਾਉਣ ਵਾਲਾ, ਤੁਸੀਂ ਆਪਣਾ ਘਰ ਜਾਓ, ਚੱਲ ਚੱਲੀਏ ਯਾਰ। ਆਹੋ ਚੱਲ। ਮਾਮਾ ਜੀ, ਮਾਮਾ ਜੀ, ਮਾਮਾ ਜੀ, ਘੱਟੋ ਘੱਟ ਨਾਨੀ ਦੇ ਬੈਠੇ ਤਾਂ ਨਾ ਹੋਵੋ। ਇੱਥੇ ਕੋਈ ਗੱਲ ਹੀ ਨਹੀਂ ਸੁਣਦਾ ਕਿਸੇ ਦੀ। ਉੱਤੇ ਜੋ ਤੂਫਾਨ ਆ ਰਿਹਾ ਨਾ, ਤੂੰ ਨਹੀਂ ਰੋਕ ਸਕਦਾ ਇਹਨੂੰ। ਅੰਨਿਆਂ ਨੂੰ ਦੀਵੇ ਦਿਖਾਉਣ ਦਾ ਕੋਈ ਫਾਇਦਾ ਨਹੀਂ।
ਹੀ ਸੋ ਗਏ, ਹੁਣ ਤਾਂ ਕਰਦੇ ਸੋ ਗਏ। ਗੁਰਨਾਮ ਕਰੇ, ਰੱਖੜੀਆਂ ਕਦੋਂ ਨੇ ਭਲਾ? ਬੇਬੇ ਜੀ ਬੁੱਧਵਾਰ ਨੂੰ ਆ ਜਾਣੀ। ਅੱਛਾ ਮਨਜਿੰਦਰ, ਪੁੱਤ ਤੁਸੀਂ ਰੱਖੜੀਆਂ ਤੋਂ ਬਾਅਦ ਹੀ ਜਾਇਓ। ਹਾਂਜੀ ਬੇਬੇ ਜੀ, ਰੱਖੜੀਆਂ ਤੋਂ ਬਾਅਦ ਹੀ ਜਾਵਾਂਗੇ। ਹਾਂ ਸ਼ੁਕਰ ਹੈ ਵੀਰ, ਤੁਹਾਨੂੰ ਯਾਦ ਆ ਤੁਸੀਂ ਹੋਣਾ, ਮੈਂ ਹੋਣਾ, ਬਿੰਦਰ ਵੀਰ ਹੋਣਾ, ਆਪਾਂ ਮੀਚ ਕਿੰਨਾ ਖੇਡਦੇ ਹੁੰਦੇ ਸੀ। ਮੈਂ ਵੀ ਖੜਾ ਉਹੀ ਯਾਦ ਕਰੀ ਜਾਂਦਾ ਸੀ। ਵੀਰ ਤੁਹਾਨੂੰ ਲੱਗਦਾ ਹੈ ਕੰਧਾਂ ਹੋਣੀਆਂ ਰੁੱਕ ਜਾਣਗੀਆਂ? ਰਾਜੀ ਕਿਸਾਨ ਦਾ ਕੰਮ ਆ ਬੀਜ ਬੀਜਣ, ਅੱਗੇ ਰੱਬ ਦੇ ਹੱਥ ਆ। ਉਹ ਮੀਂਹ ਪਾਉਂਦਾ ਨਾ ਪਾਉਂਦਾ, ਬੀਜ ਪੁੰਗਰਦਾ ਨਹੀਂ ਪੁੰਗਰਦਾ, ਕਿਸਾਨ ਦਾ ਕੰਮ ਸਿਰਫ ਬੀਜ ਬੀਜਣਾ। ਉਵੇਂ ਜੋ ਮੇਰੇ ਵੱਸ ਸੀ ਮੈਂ ਕਰਤਾ, ਅੱਗੇ ਉਹਦੇ ਹੱਥ। ਪਰ ਜਿਹਨੂੰ ਉਹਦੇ 'ਤੇ ਟੇਕ ਹੁੰਦੀ ਆ ਨਾ, ਉਹਨੂੰ ਪਾਰ ਲਾਉਂਦਾ ਵੀ ਜ਼ਰੂਰ। ਜਿਹਨੂੰ ਕਦੇ ਵੇਖਿਆ ਹੀ ਨਹੀਂ ਉਸ ਤੋਂ ਕੀ ਆਸ ਰੱਖਣੀ। ਰਾਜੀ ਗੀਤ ਕਦੇ ਦੇਖੇ ਨਹੀਂ ਜਾ ਸਕਦੇ, ਖੁਸ਼ਬੂ ਕਦੇ ਛੋਈ ਨਹੀਂ ਜਾ ਸਕਦੀ। ਉਵੇਂ ਪਰਮਾਤਮਾ ਦੇਖਣ ਦਾ ਵਿਸ਼ਾ ਨਹੀਂ, ਮੰਨਣ ਦਾ ਵਿਸ਼ਾ। ਜਿਹੜਾ ਮੰਨਦਾ ਉਹਦੇ ਲਈ ਹਰ ਥਾਂ 'ਤੇ ਮੌਜੂਦ, ਜਿਹੜਾ ਨਹੀਂ ਮੰਨਦਾ ਉਹਦੇ ਲਈ ਕਿਤੇ ਵੀ ਨਹੀਂ। ਵਸਦਾ ਓ ਨੀ ਮੇਰੇ ਦਿਲ ਨੂੰ ਪੈਂਦੀ ਖੋਨੀ, ਮੇਰੇ ਅੰਦਰ ਵਸਦਾ ਓ ਨੀ ਮੇਰੇ ਦਿਲ ਨੂੰ ਪੈਂਦੀ ਖੋਨੀ। ਕੋਈ ਬਾਤ ਜੇ ਉਸਦੀ ਪਾਵੇ ਦਿਲ ਟੇਸ਼ਨ ਜਾ ਫੜ ਜਾਵੇ, ਕੋਈ ਬਾਤ ਜੇ ਉਸਦੀ ਪਾਵੇ ਦਿਲ ਟੇਸ਼ਨ ਜਾ ਫੜ ਜਾਵੇ, ਫਿਰ ਤੁਰਦੀ ਗੱਲ ਸੁਣਾਵੇ। ਨੀ ਦਿਲ ਮੇਰਾ ਰੱਬ ਦਾ ਰੇਡੀਓ, ਨੀ ਦਿਲ ਮੇਰਾ ਰੱਬ ਦਾ ਰੇਡੀਓ, ਨੀ ਦਿਲ ਮੇਰਾ ਰੱਬ ਦਾ ਰੇਡੀਓ, ਨੀ ਦਿਲ ਮੇਰਾ ਰੱਬ ਦਾ ਰੇਡੀਓ। ਸਦਕੇ ਉਸ ਦੁੱਖ ਦੇ ਜੋ ਪਲ ਪਲ ਹੀ ਨਾਮ ਜਪਾਉਂਦਾ ਰਹਿੰਦਾ ਏ, ਸਦਕੇ ਉਸ ਨਾਮ ਦੇ ਜੋ ਸਾਰੇ ਹੀ ਦੁੱਖ ਮਿਟਾਉਂਦਾ ਰਹਿੰਦਾ ਏ, ਸਦਕੇ ਉਸ ਦੁੱਖ ਦੇ ਜੋ ਪਲ ਪਲ ਹੀ ਨਾਮ ਜਪਾਉਂਦਾ ਰਹਿੰਦਾ ਏ, ਸਦਕੇ ਉਸ ਨਾਮ ਦੇ ਜੋ ਸਾਰੇ ਹੀ ਦੁੱਖ ਮਿਟਾਉਂਦਾ ਰਹਿੰਦਾ ਏ। ਇਹ ਸਾਰੇ ਦੁੱਖ ਭੁੱਲ ਜਾਵੇ ਜੇ ਇੱਕ ਪਲ ਵਿੱਚ ਆ ਜਾਵੇ, ਫਿਰ ਪਲ ਪਲ ਮੌਜ ਮਨਾਵੇ,
ਦਿਲ ਮੇਰਾ ਰੱਬ ਦਾ ਰੇਡੀਓ, ਦਿਲ ਮੇਰਾ ਰੱਬ ਦਾ ਰੇਡੀਓ, ਨੀ ਦਿਲ ਮੇਰਾ ਰੱਬ ਦਾ ਰੇਡੀਓ, ਨੀ ਦਿਲ ਮੇਰਾ ਰੱਬ ਦਾ ਰੇਡੀਓ। ਆ ਦੇਖੋ ਭੈਣ ਜੀ, ਸੋਹਣਾ ਭੈਣ ਸੋਹਣਾ ਤੇ ਆ, ਹਾਂ ਇਹ ਵੀ ਸੋਹਣਾ। ਆ ਗੱਲ ਸੁਣ ਮੇਰੀ, ਕੁੜੀ ਦੀਆਂ ਨਨਾਨਾਂ ਵਾਸਤੇ ਨਾ ਭਾਰੇ ਜਿਹੇ ਸੂਟ ਲਾਈ। ਹਾਂਜੀ ਹਾਂਜੀ। ਤੇ ਮੇਰਾ ਸੂਟ ਵੀ ਭਾਰਾ ਜਿਹਾ ਬਣਾਈ। ਚੰਗਾ, ਨਾਲੇ ਆ ਮੁੰਦਰੀ ਦਾ ਨਾਪ ਤਾਂ ਲੈ ਹੀ ਲੈ, ਐਡੇ ਤਕੜੇ ਘਰ ਰਿਸ਼ਤਾ ਜੋ ਕਰਾਇਆ। ਮੇਰੀ ਤੇ ਮੇਰੇ ਘਰ ਵਾਲੇ ਦੀ ਮੁੰਦਰੀ ਭਾਰੀ ਜਿਹੀ ਬਣਾਈ। ਚੰਗਾ ਚੰਗਾ। ਆ ਮੈਂ ਤਾਂ ਅਗਲੀ ਬੱਸੇ ਮੁੜੀ ਜਾਣਾ। ਆ ਮੈਂ ਤਾਂ ਆਈ ਆਈ ਸੀ, ਆ ਜਿਹੜਾ ਆਪਣਾ ਸਨੀ ਹੈ। ਸਨੀ ਕੌਣ? ਲੈ ਦੱਸ, ਜਿਹਦੇ ਨਾਲ ਤੇਰਾ ਰਿਸ਼ਤਾ ਕਰਵਾਇਆ ਹੈ, ਭੁੱਲੀ ਬੈਠੀ ਹੈ ਜੀ। ਸਨੀ ਨਾ ਆਪਣੀ ਰਾਜੀ ਦੀਆਂ ਫੋਟੋਆਂ ਖਿੱਚਣੀਆਂ ਚਾਹੁੰਦਾ। ਆ ਬਾਹਰੋਂ ਕੈਮਰਾ ਲੈ ਕੇ ਆਇਆ ਵੱਡਾ ਸਾਰਾ, ਕੱਲ੍ਹ ਨੂੰ ਮੈਂ ਉਹਨੂੰ ਆਪਣੇ ਘਰ ਸੱਦ ਲਿਆ। ਆ ਦੋਨੇ ਮਾਵਾਂ ਧੀਆਂ ਹੀ ਆ ਜਾਓ, ਆ ਬਾਲਾ ਕਿਸੇ ਨੂੰ ਨਾਲ ਨਾ ਲੈ ਕੇ ਆਇਓ। ਲਏ ਕੀ ਗੱਲ ਹੋਈ ਕਿ ਫੋਟੋਆਂ ਖਿੱਚਣੀਆਂ ਨੇ? ਤੂੰ ਕਿਹੜਾ ਹਿੰਮਾ ਮਾਲ ਲੈਣੀ ਆ ਫੋਟੋ ਖਿੱਚਣ ਨੂੰ? ਪਤਾ ਨਹੀਂ ਭਾਬੀ, ਮੈਨੂੰ ਤਾਂ ਇਹ ਟੱਬਰ ਦੀ ਸਮਝ ਨਹੀਂ ਆਉਂਦੀ। ਉੱਤੋਂ ਕਹਿੰਦੇ ਰੱਜ ਨਾਲ ਬਸ ਜਨਾਨੀਆਂ ਹੀ ਆਉਣ, ਕੋਈ ਬੰਦਾ ਨਾ ਆਵੇ, ਸਾਨੂੰ ਇਹਨੂੰ ਸੰਗ ਲੱਗੂ। ਇਹੋ ਜਿਹਾ ਕੰਮ ਕਾਹਨੂੰ ਕਰਦੇ ਨੇ ਫਿਰ? ਸੰਗ ਲੱਗੂ, ਬਾਪੂ ਜੀ ਨੂੰ ਪਤਾ ਕਿੰਨਾ ਬੁਰਾ ਲੱਗਿਆ। ਉਹ ਤਾਂ ਲੱਗਣਾ ਹੀ ਸੀ। ਕਿਹਾ ਕਿ ਮਾਮਾ ਜੀ ਨੇ ਫਿਰ? ਫਿਰ ਜਾਣਾ ਤਾਂ ਪੈਣਾ ਹੀ ਹੈ ਭਾਬੀ, ਜਦੋਂ ਉਹਨਾਂ ਦਾ ਸਾਰਾ ਟੱਬਰ ਹੀ ਸੱਦੀ ਜਾਂਦਾ। ਲੋਕਾਂ ਨੇ ਤਾਂ ਸ਼ਰਮ ਹੀ ਲਾਹੀ ਹੋਈ ਆ ਸੱਚੀ। ਭਾਬੀ ਤੂੰ ਮੇਰੇ ਨਾਲ ਚੱਲ ਪਾ ਦੇਖੀ, ਪਤਾ ਨਹੀਂ ਕੀ ਕਮਲ ਘੋਟੂ ਉਹ। ਭਾਬੀ ਹਾੜੇ ਹਾੜੇ ਚੱਲ ਪਾ, ਮੇਰੀ ਨਾ ਜਾਨ ਹੀ ਨਿਕਲੀ ਜਾਂਦੀ ਆ। ਚੱਲ ਤੂੰ ਘਬਰਾ ਨਾ, ਮੈਂ ਪੁੱਛਦੀ ਹਾਂ ਤੇਰੇ ਵੀਰੇ ਤੋਂ। ਵੈਸੇ ਮੈਨੂੰ ਇਹ ਗੱਲ ਕੋਈ ਬਾਹਲੀ ਚੰਗੀ ਤਾਂ ਲੱਗੀ ਨਹੀਂ, ਪਰ ਚੱਲ ਜੇ ਮਾਮਾ ਜੀ ਨੂੰ ਨਹੀਂ ਇਤਰਾਜ਼ ਕੋਈ ਤਾਂ ਚਲੀ ਜਾਵੇ ਰਾਜੀ, ਮੈਂ ਕੀ ਬੋਲਾਂ ਹੁਣ। ਦੇਖ ਲਾ, ਚੱਲ ਚਲੀ ਜਾਈ ਤੂੰ ਵੀ, ਕੋਈ ਗੱਲ ਨਹੀਂ। ਸੂਟ ਸੋਹਣਾ ਪਟਿਆਲੇ ਤੋਂ ਲਿਆਂਦਾ? ਹਾਂਜੀ, ਲੀੜਾ ਕੱਪੜਾ ਸੋਹਣਾ ਹੈ ਪਟਿਆਲੇ, ਮੈਂ ਵੀ ਲਊਂਗੀ ਸੂਟ। ਹਲੋ ਹਲੋ, ਉੱਪਰ ਕਰ ਲਓ ਉੱਪਰ ਜਾ। ਹਾਂ ਮਿਰਚਾਂ ਛੱਡ ਤੇ ਬੁੜੀ ਤੇ ਅੰਦਰੋਂ ਲਿਆ ਕੇ ਖੱਫਣ ਪਾ, ਨਾ ਜਿਉਂਦਿਆਂ ਚ ਤੇ ਨਾ ਮਰਿਆਂ ਚ, ਦੁਖੀ ਕਰ ਮਾਰਿਆ ਇਹਨੇ। ਮੇਰਾ ਤਾਂ ਜੀ ਕਰਦਾ ਭੈਣ ਜੀ ਇਹਦੇ ਟੀਕਾ ਲਵਾ ਦੇਣ ਡਾਕਟਰ ਸਦਕੇ। ਕਿੰਨਾ ਚਿਰ ਹੋਰ ਤੜਫਦੀ ਰਹੂਗੀ? ਵੇ ਕਾਲੇ, ਹਾਂਜੀ, ਆ ਮਾਮੀ ਨੇ ਆਉਣਾ ਸੀਗਾ 12 ਵਜੇ ਵਾਲੀ ਬੱਸ ਤੇ,
ਉਹ ਤਾਂ ਆ ਗਈ ਹੋਣੀ ਕਦੋਂ ਦੀ। ਸਾਈਕਲ ਚੱਕ ਤੇ ਅੱਡੇ ਜਾ। ਚੰਗਾ ਬੀਬੀ ਜੀ। ਇੱਕ ਤਾਂ ਬੁੜੀ ਨੇ ਤੰਗ ਕਰ ਮਾਰਿਆ, ਇੱਕ ਰਿਸ਼ਤੇਦਾਰ ਪਤਾ ਲੈਣ ਵਾਲਿਆਂ ਨੇ ਹੇਡ ਬੰਨੀ ਹੋਈ ਹੈ, ਦੁਖੀ ਕਰ ਛੱਡਿਆ। ਕੀ ਹੋਇਆ ਪੁੱਤ? ਮੈਂ ਨਾ ਤੁਹਾਨੂੰ ਉੱਧਰ ਬਾਗ ਚਲੀ ਜਾਣਾ ਮੰਗਦਾ, ਜਿੱਦਾਂ ਉੱਥੇ ਪਲੈਂਟਸ ਨਾਲ ਫੋਟੋਆਂ ਕਰਨੀਆਂ ਮੰਗਦਾ, ਗ੍ਰੀਨਰੀ ਫਲਾਵਰ ਅੱਛਾ ਲੱਗੂ। ਕਿੱਧਰ ਜੀ? ਉੱਧਰ ਜਾ ਜਾ, ਉੱਥੇ ਭਾਬੀ ਤੂੰ ਵੀ ਜਾਂਦਾ। ਹਾਂ ਨੋ 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 ਨੋ, ਯੂ ਸਿਟ। ਬੀਬਾ ਤੂੰ ਬਹਿ ਜਾ, ਇਹਨਾਂ ਕੱਲਿਆਂ ਨੂੰ ਜਾਣ ਦੇ। ਥੈਂਕ ਯੂ। ਯਾ ਜਾ ਪੁੱਤ ਜਾ, ਕਰਾ ਲਾ ਫੋਟੋਆਂ। ਵੈਰੀ ਨਾਈਸ ਵੈ। ਇੱਥੇ ਦੇਖੋ, ਇੱਥੇ ਦੇਖੋ, ਬਿਊਟੀਫੁਲ ਬਿਊਟੀਫੁਲ, ਵੈਰੀ ਨਾਈਸ ਵੈਰੀ ਨਾਈਸ। ਇਹ ਤੁਸੀਂ ਨਾ ਥੋੜ੍ਹਾ ਜਿਹਾ ਇਹਨੂੰ, ਓਕੇ ਓਕੇ, ਨੈਵਰ ਮਾਈਂਡ, ਸ਼ੈਲਫ ਕਰ ਲਓ, ਆਪਣੇ ਆਪ ਕਰ ਲਓ। ਮਤਲਬ ਤੁਸੀਂ ਨਾ ਇੱਦਾਂ ਕਰਨਾ ਵੀ ਚੁੰਨੀ ਉੱਪਰ ਲੈਣੀ ਆ, ਪਰ ਲੈਣੀ ਨਹੀਂ, ਮਤਲਬ ਦਿਖਾਵਾ ਕਰਨਾ ਵੀ ਤੂੰ ਲੈ ਰਹੀ ਆ। ਜਾ 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 ਜਾ, ਚੱਕੋ, ਕੱਢ ਲਓ ਕੱਢ ਲਓ, ਜਾ ਕੱਢ ਲਓ, ਕੋਈ ਗੱਲ ਨਹੀਂ, ਆਰਾਮ ਨਾਲ ਕੱਢ ਲਓ। ਯਾ ਹਾਂ, ਥੋੜ੍ਹੀ ਹਵਾ 'ਚ ਹੋਵੇ, ਮੈਂ ਨੈਚੁਰਲ ਫੋਟੋ ਖਿੱਚ ਨਹੀਂ ਮੰਗਦਾ ਜਿੱਦਾਂ। ਯਾ ਯਾ, ਥੋੜ੍ਹੀ ਥੋੜ੍ਹੀ ਉੱਪਰ ਰੱਖੋ। ਯਾ ਗੁੱਡ ਗੁੱਡ ਗੁੱਡ, ਹੁਣ ਤੁਸੀਂ ਥੋੜ੍ਹਾ ਇੱਧਰ, ਥੋੜ੍ਹੇ ਹੱਥ ਕਿੰਨੇ ਸੌਫਟ ਆ। ਇੱਕ ਕਿਸ ਕਰ ਲਾ। ਆ ਕੀ ਕਰਦੇ ਹੋ? ਕੁਛ ਨਹੀਂ ਕਰਦਾ, ਇਹ ਥਿੰਕ ਮੈਚ ਕਰਦੇ ਹਾਂ, ਜਿੱਦਾਂ ਤੂੰ ਇੰਡੀਆ ਮੈਂ ਕੈਨੇਡਾ, ਹੁਣ ਕੈਨੇਡਾ ਦੇ ਵਿੱਚ ਰਾਤ ਆ, ਇੱਥੇ ਦਿਨ ਆ, ਇਹਦੇ ਨਾਲ ਸਾਰਾ ਸੇਮ ਹੋ ਜੂ, ਮੈਚ ਹੋ ਜੂ ਸਾਰਾ ਕੁਝ। ਠੀਕ ਆ, ਇੱਕ ਹੋ ਕਰ ਦੇ ਪਾਪੀ, ਜਲਦੀ ਆਈ। ਕੁਛ ਨਹੀਂ ਹੁੰਦਾ, ਉਹ ਤੇਰੀ ਪਾਪੀ ਗਲਤ ਗੱਲ ਕਰ ਗਿਆ। ਪਾਪੀ ਤੂੰ ਇੱਧਰ ਕੀ ਕਰਦੀ ਆ, ਸਾਡਾ ਫੋਟੋ ਸ਼ੂਟ ਚੱਲਦਾ ਪਿਆ, ਥੋੜੀ ਦੇਸੀ ਕਰ ਲੈਂਦੀ। ਇਹੀ ਕੀ ਹੋ ਗਿਆ? ਮੇਰੋ ਮਾਈਂਡ ਆ, ਨਿੱਕੀ ਸਿਆਪਾ ਪਾ ਲਿਆ। ਨਹੀਂ 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 ਮੈਂ ਚਮ
ਮਲੌਟ ਨਹੀਂ ਕਰਦਾ ਸੀ ਮੈਂ ਤਾਂ ਥਿੰਕਿੰਗ ਮਲਾ ਰਿਹਾ ਸੀ ਮੈਂ ਤੇਰੀ ਥਿੰਕਿੰਗ ਹੀ ਮੈਚ ਕਰਾਉਣੀ ਆ ਆਈ 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 ਬੇਟੇ ਉਹ ਵੀ ਵਾਲੀ ਮੁਸਰੀ ਹੋਈ ਹੈ ਜਿਹੜੀ ਕੰਧ ਨਾਲ ਲੱਗ ਕੇ ਖੜੀ ਹੈ ਹੁਣ ਹਾਂ ਵਧੀਆ ਗੱਲ ਹੈ ਭੈਣ ਜੀ ਇਹਦੇ ਨਾਲ ਇਹੋ ਹੋਣੀ ਚਾਹੀਦੀ ਹੈ ਦੇਵਾਂ ਤੈਨੂੰ ਪਤਾ ਦੋ ਡੰਡੇ ਹੋਰ ਮਾਰੋ ਦੇਖੋ ਭਾਈ ਮੈਂ ਤਾਂ ਬਾਹਰ ਲਈਆਂ ਮੇਰੀ ਰਿਸ਼ਤੇਦਾਰੀ ਤੇ ਇਸ ਕੁੜੀ ਨਾਲ ਹੈ ਤੁਹਾਡੇ ਘਰ ਬਾਰੇ ਨਾ ਤਾਂ ਮੈਂ ਕੁਝ ਜਾਣਦੀ ਆ ਤੇ ਨਾ ਮੇਰਾ ਸਹਿਚਾਰ ਹੈ ਪਰ ਮੈਂ ਇਸ ਦੁਨੀਆ 'ਚ ਰਹਿੰਦੀ ਹਾਂ ਅਤੇ ਰੋਜ਼ ਦੁਨੀਆ ਦੇਖਦੀ ਹਾਂ ਬਹੁਤੇ ਮਹਿਲਾਂ ਦੇ ਸੁਪਨੇ ਦੇਖ ਕੇ ਆਪਦੀ ਕੁੱਲੀ ਨਹੀਂ ਢਾਈਦੀ ਦੇਖੋ ਜਿਹੜਾ ਭਾਈਚਾਰਾ ਇੱਥੇ ਹੈ ਸਹਿਚਾਰ ਇੱਥੇ ਹੈ ਉਹ ਲੱਖਾਂ ਕਰੋੜਾਂ 'ਚ ਨਹੀਂ ਮਿਲ ਸਕਦਾ ਕੈਨੇਡਾ ਚਲੇ ਜਾਓ ਭਾਵੇਂ ਅਮਰੀਕਾ ਚਲੇ ਜਾਓ ਤੁਸੀਂ ਆਪਣਾ ਸੱਭਿਆਚਾਰ ਨਹੀਂ ਭੁੱਲ ਸਕਦੇ ਤੁਸੀਂ ਇੱਥੇ ਚੰਗਾ ਜਿਹਾ ਮੁੰਡਾ ਦੇਖ ਕੇ ਕੁੜੀ ਦਾ ਵਿਆਹ ਕਰ ਦਿਓ ਉਹ ਤੁਹਾਡੇ ਦੁੱਖ ਸੁੱਖ 'ਚ ਆ ਕੇ ਖੜੇ ਤੁਸੀਂ ਉਹਦੇ ਦੁੱਖ ਸੁੱਖ 'ਚ ਆ ਕੇ ਖੜੋ ਮੈਂ ਤਾਂ ਆਪ ਇਹਨਾਂ ਕਮਲਿਆਂ ਨੂੰ ਸਮਝਾਉਂਦੀ ਹਾਂ ਭਈ ਚੰਗਾ ਸਾਥ ਹੋਵੇ ਤੇ ਉਦੋਂ ਉੱਤੇ ਸਵਰਗ ਕੋਈ ਨਹੀਂ ਨਾਲੇ ਪੈਸੇ ਦੇ ਆਉਣ ਨਾਲ ਕੋਈ ਸੁੱਖ ਆਉਂਦਾ ਨਹੀਂ ਤੇ ਪੈਸੇ ਦੇ ਜਾਣ ਨਾਲ ਕੋਈ ਸੁੱਖ ਜਾਂਦਾ ਵੀ ਨਹੀਂ ਤੁਸੀਂ ਠੀਕ ਕਿਹਾ ਭੈਣ ਜੀ ਦੁੱਖ ਵਿੱਚ ਆਪਦਾ ਹੋਵੇ ਨਾ ਤਾਂ ਸੁੱਖ ਲੱਗਦਾ ਔਰ ਜੇ ਸੁੱਖ ਵਿੱਚ ਆਪਦੇ ਨਾ ਹੋਣ ਤਾਂ ਦੁੱਖ ਲੱਗਦਾ ਖਰੀ ਗੱਲ ਹਾਂ ਬਸ ਬੇਬੇ ਜੀ ਗਲਤੀ ਹੋ ਗਈ ਪਤਾ ਨਹੀਂ ਸੀ ਕਿ ਮੁੰਡਾ ਟਾ ਘਟੀਆ ਟਿਕੜੂਗਾ ਘਟੀਆ ਵਰਗਾ ਘਟੀਆ ਉਹਨੇ ਤਾਂ ਹਰਕਤ ਹੀ ਇਹੋ ਜਿਹੀ ਜਲੀਲ ਕੀਤੀ ਹੈ ਤੁਸੀਂ ਸੱਚ ਬੋਲਦੇ ਹੋ ਜੀ ਪੁੱਤ ਮਨਜਿੰਦਰ ਹਾਂਜੀ ਮੈਨੂੰ ਛੱਡਿਆ ਮੇਰੀ ਬੱਸ ਨਿਕਲ ਜੋ ਜੀ ਅੱਜ ਦਾ ਦਿਨ ਰਹਿੰਦੇ ਜੀ ਕੱਲ੍ਹ ਨੂੰ ਚਲੇ ਜਾਇਓ ਨਹੀਂ ਅੱਜ ਤਾਂ ਮੈਂ ਜਾਊਂਗੀ ਘਰ ਦੇਖ ਲਿਆ ਫਿਰ ਜ਼ਰੂਰ ਆਊਂਗੀ ਨਾਲੇ ਅੱਜ ਘਰ ਦੇ ਮੈਨੂੰ ਉਡੀਕਦੇ ਹੋਣਗੇ ਤੁਸੀਂ ਨਾ ਲੰਘਦੇ ਵੜਦੇ ਸਹੌਲੀ ਜ਼ਰੂਰ ਆਇਓ ਚੰਗਾ ਭਾਈ ਸਤਿ ਸ਼੍ਰੀ ਅਕਾਲ ਸਰਦਾਰ ਜੀ ਕੰਧਾਂ ਦਾ ਕੰਮ ਹੁਣ ਰੋਕ ਦਈਏ ਕਿਆ ਗੜਸਿਆਂ ਤੈਨੂੰ ਕਿਸੇ ਨੇ ਕਿਹਾ ਕੰਮ ਬੰਦ ਕਰਨ ਨੂੰ ਮੈਂ ਸੋਚਿਆ ਵੀਰ ਜੀ ਕਿ ਵਿਆਹ ਦਾ ਕੰਮ ਤਾਂ ਰੁਕ ਹੀ ਗਿਆ ਕੀ ਪਤਾ ਕੰਧਾਂ ਦਾ ਕੰਮ ਵੀ ਰੋਕਣਾ ਹੋਵੇ ਵਿਆਹ ਤਾਂ ਰੁਕ ਗਿਆ ਪਰ ਜਿਹੜੇ ਜੇਠ ਜੀ ਨੇ ਤਾਂ ਭੈਣ ਜੀ ਨੇ ਬੋਲ ਕਬੋਲ ਬੋਲੇ ਨੇ ਸਾਨੂੰ ਉਹਨਾਂ ਦੇ ਫੱਟ ਤਾਂ ਨਹੀਂ ਸਿਉਂਤੇ ਗਏ ਵਾਹ ਬੋਲੇ ਨੇ ਬੋਲ ਕਬੋਲ ਮਾਰਦੀ ਆ ਗੱਲਾਂ ਜਾਗਰ ਸਿਆ ਤੈਨੂੰ ਕੋਈ ਹੋਰ ਸਮਾਨ ਚਾਹੀਦਾ ਹੋਇਆ ਤਾਂ ਦੱਸੀ ਕੰਧਾਂ ਦਾ ਕੰਮ ਜਾਰੀ ਰਹਿਣਾ ਚਾਹੀਦਾ ਜਿਵੇਂ ਪੱਥਰ ਦੇ ਵਿੱਚ ਅੱਗ ਹੈ ਜਿਵੇਂ ਤਿਲ ਦੇ ਅੰਦਰ ਤੇਲ ਹੈ ਤੈਨੂੰ ਬਾਹਰ ਤੰਗ ਹੈ ਜਿਸ ਦੀ ਤੇਰੇ ਅੰਦਰ ਉਸ ਦਾ ਮੇਲ ਹੈ ਤੇਰੇ ਅੰਦਰ ਉਸ ਦਾ ਮੇਲ ਹੈ ਤੇਰੇ ਅੰਦਰ ਉਸ ਦਾ ਮੇਲ ਹੈ ਫਿਰ ਬਾਹਰ ਲੈਣ ਕੀ ਜਾਵੇ
ਦਿਲ ਮੇਰਾ ਰੱਬ ਦਾ ਰੇਡੀਓ, ਦਿਲ ਮੇਰਾ ਰੱਬ ਦਾ ਰੇਡੀਓ। ਜੇ ਤੇਰੀ ਮਾਂ ਮੇਰੇ ਇੱਕ ਫੈਸਲੇ ਤੇ ਇੰਨੇ ਸਾਲ ਕੁਰਬਾਨੀ ਦੇ ਸਕਦੀ ਹੈ ਤਾਂ ਉਹਦੇ ਪ੍ਰਤੀ ਮੇਰੇ ਵੀ ਕੁਝ ਫਰਜ਼ ਬਣਦੇ ਨੇ ਯਾਰ। ਫਿਰ ਕੀ ਸੋਚਦਾ ਹੈ, ਲਾ ਗੱਡੀ ਅੱਗੇ, ਲੈ ਚੱਲ ਆਪਣੇ ਬਾਪੂ ਨੂੰ ਉਹਦੇ ਸਹੁਰੀ ਘਰ। ਬੀਜੀ ਮੇਰੇ ਆਉਣ 'ਤੇ ਕਿਵੇਂ ਲੱਗਿਆ ਤੁਹਾਨੂੰ?
ਪਾਈਆ ਖੂਨ ਵੱਧ ਗਿਆ ਸਾਡੀ ਬੇਬੇ ਜੀ ਦਾ। ਸੱਚੀ ਭੂਆ ਜੀ, ਆ ਲਓ ਭੂਆ ਜੀ। ਲਿਆ ਪੁੱਤ, ਆ ਜਾ ਬਹਿ ਜਾ। ਭਾਬੀ, ਹਾਂ, ਨੂਰ ਰਾਣੀ ਮੈਨੂੰ ਤਾਂ ਬਹੁਤ ਹੀ ਪਿਆਰੀ ਲੱਗੀ। ਹਾਂ ਬੀਬੀ, ਗੁੱਡੀ ਵੀ ਬਹੁਤ ਹੀ ਪਿਆਰੀ ਹੈ ਸੱਚੀ। ਮੈਨੂੰ ਤਾਂ ਗੁੱਡੀ ਤੇ ਰਾਜੀ ਇੱਕੋ ਜਿਹੀਆਂ ਲੱਗੀਆਂ। ਹਾਂਜੀ ਮਾਮਾ ਜੀ। ਉਰੇ ਆਈ ਮਾੜਾ ਜਾ, ਇੱਕ ਮਿੰਟ ਆਇਆ ਜੀ, ਦਿੰਦਾ ਪੈਸੇ ਤੈਨੂੰ ਆ ਕੇ। ਭਾਂਜੇ, ਤੈਨੂੰ ਆਪਣੇ ਤਜਰਬੇ ਦੀ ਗੱਲ ਦੱਸਾਂ। ਅਰਦਾ ਲਾ ਕੇ ਨਾ ਉਸ ਬਿੱਲ 'ਚ ਮੈਂ ਇੱਟ ਲਾ ਦੇਣੀ ਹੈ 10 ਮਿੰਟਾਂ ਨੂੰ। ਮੈਂ ਤਾਂ ਬਥੇਰੀ ਕੋਸ਼ਿਸ਼ ਕੀਤੀ, ਬੀਬਾ ਜੀ ਨੇ ਵੀ ਬਥੇਰਾ ਜ਼ੋਰ ਲਾਇਆ। ਗੱਲ ਨਹੀਂ ਬਣੀ। ਮੈਂ ਦੇਖਦਾ ਰਿਹਾ ਬਈ ਭਾਂਜਾ ਲੱਗਿਆ ਹੋਇਆ ਹੈ ਮਾਮਿਆਂ ਨੂੰ ਸਮਝਾਉਣ। ਪੁੱਤ, ਸਾਡਾ ਵੀ ਜ਼ਿੰਦਗੀ ਦਾ ਤਜਰਬਾ ਹੈ, ਆਹੀ ਕੁਛ ਦੇਖਦੇ ਰਹੇ ਹਾਂ ਅੱਜ ਤੱਕ। ਬਾਪ ਦਾ ਕੰਮ ਜਦੋਂ ਮੈਂ ਸਾਂਭਿਆ ਸੀ, ਪਹਿਲੀ ਕੰਧ ਆਪਦੇ ਘਰੇ ਕੀਤੀ ਸੀ। ਚਲੋ ਕੀ ਗੱਲ ਆ ਪੁੱਤ? ਬੀਜੀ, ਕਿਵੇਂ ਲੱਗਿਆ ਤੁਹਾਨੂੰ? ਇੰਨੇ ਸਾਲਾਂ ਬਾਅਦ ਇਸ ਘਰ 'ਚ ਆ ਕੇ ਸੱਚ ਪੁੱਛੇ ਤਾਂ ਮੈਨੂੰ ਲੱਗਿਆ ਹੀ ਨਹੀਂ ਮੈਂ ਉਸੇ ਘਰ ਵਿੱਚ ਆਈ ਹਾਂ। ਘਰ ਆਪਦਾ ਜਿਹਾ ਲੱਗ ਹੀ ਨਹੀਂ ਰਿਹਾ। ਇਉਂ ਲੱਗਦਾ ਜਿਵੇਂ ਕਿਸੇ ਦੂਰ ਦੇ ਰਿਸ਼ਤੇਦਾਰ ਦਾ ਹੋਵੇ। ਪੀਪੇ ਤਾਂ ਖੜਾ ਮੈਂ ਛੇਤੀ ਬੰਦੇ ਬੰਦ ਤਾਂ ਰਹੀ ਹਾਂ। ਵਿਹੜੇ 'ਚ ਕੰਧਾਂ ਦੇਖ ਕੇ ਸਾਰਾ ਕੁਛ ਬੜਾ ਉਪਰਾ ਜਿਹਾ ਲੱਗ ਰਿਹਾ। ਆ ਕੰਧਾਂ ਰੋਕਣ ਪਿੱਛੇ ਮੈਂ ਤਾਂ ਮਾਮਾ ਜੀ ਉਹਨਾਂ ਨੂੰ ਬਹੁਤ ਸਮਝਾ ਲਿਆ। ਤੁਹਾਡਾ ਰਿਸ਼ਤਾ ਤਾਂ ਮੇਰੇ ਨਾਲੋਂ ਜ਼ਿਆਦਾ ਨੇੜੇ ਆ, ਤੁਸੀਂ ਸਮਝਾ ਕੇ ਦੇਖ ਲਓ ਕਿਉਂ ਕਮਲੇ ਹੋਏ ਨੇ। ਦੇਖੋ ਕਿਤੇ ਸੱਟ ਤਾਂ ਨਹੀਂ ਲੱਗੀ ਮੁੰਡੇ ਨੂੰ? ਤੀਜੀ, ਹਾਏ ਪੁੱਤ, ਕੀ ਹੋ ਗਿਆ? ਸੱਟ ਤਾਂ ਨਹੀਂ ਲੱਗੀ ਤੈਨੂੰ? ਤੀਜੀ ਕੀ ਹੋਇਆ?
ਹਾਏ ਮੈਂ ਮਰ ਜਾ, ਲੱਭੂ ਮਾਤਾ ਪੁੱਤ ਆ ਜਾ ਹਾਂ ਤੇ ਜੀ ਹੱਥੀ ਖਾ ਬੇਬੇ ਮੈਂ ਨਹੀਂ ਬੰਨਣੀ ਰੱਖਣੀ ਇਹਨਾਂ ਦੇ ਪਹਿਲਾਂ ਮੈਨੂੰ ਇਹ ਦੱਸਣ ਕਿ ਘਰ ਹੈ ਜਾਂ ਮਕਾਨ ਮਕਾਨ ਹੈ ਤਾਂ ਫਿਰ ਇਹਨਾਂ ਦਾ ਹੀ ਹੈ ਤੋੜਨ ਭੰਨਣ ਜੋ ਮਰਜ਼ੀ ਕਰਨ ਫਿਰ ਤਾਂ ਭਾਬੀ ਇਹ ਸਾਰੇ ਰਿਸ਼ਤੇ ਰਿਸ਼ਤੇ ਹੀ ਨਹੀਂ ਨਾ ਇਹ ਕਿਸੇ ਦੀ ਬੇਬੇ ਹੈ ਨਾ ਮੈਂ ਕਿਸੇ ਦੀ ਭੈਣ ਹਾਂ ਨਾ ਇਹ ਕਿਸੇ ਦੀ ਭਾਬੀ ਹੈ ਤੇ ਨਾ ਹੀ ਇਹ ਬੱਚੇ ਆਪਦੇ ਨੇ ਇਹ ਸਿਰਫ ਇੱਕ ਖੁੱਡਾ ਹੈ ਜਿਹਦੇ ਵਿੱਚ ਸ਼ਾਮ ਨੂੰ ਜਾਨਵਰਾਂ ਨੂੰ ਤਾੜਿਆ ਜਾਂਦਾ ਜੇ ਇਹ ਘਰ ਹੈ ਤਾਂ ਹਰ ਇੱਕ ਉਸ ਬੰਦੇ ਦਾ ਹੱਕ ਹੈ ਜੋ ਇਸਨੂੰ ਆਪ ਦਾ ਬੰਦਾ ਹੋਵੇ ਭਾਵੇਂ ਮੈਂ ਹੋਵਾਂ ਮਨਜਿੰਦਰ ਹੋਵੇ ਭਾਵੇਂ ਬੇਬੇ ਹੋਵੇ ਫਿਰ ਇਸ ਨੂੰ ਤੋੜਨ ਦਾ ਕਿਸੇ ਦਾ ਹੱਕ ਨਹੀਂ ਤੀਵੀਆਂ ਸਹੁਰੇ ਬੈਠੀਆਂ ਵੀ ਪੇਕੇ ਨੂੰ ਤਰਸਦੀਆਂ ਨੇ ਪਰ ਬੰਦਿਆਂ ਨੂੰ ਕਰਦੀ ਬੁੱਕਤ ਨਹੀਂ ਵੀਰ ਜੀ ਹੁਣ ਮੈਂ ਰੱਖੜੀ ਉਦੋਂ ਹੀ ਬੰਨਾਂਗੀ ਚਦੇ ਦੋਵੇਂ ਕੰਧਾਂ ਟੁੱਟਣਗੇ ਆ ਰੋਕੀ ਨਾ ਬਾਈ ਮੈਨੂੰ ਮੈਨੂੰ ਰੋਕੀ ਨਾ ਅੱਜ ਮੈਂ ਕੰਧਾਂ ਟਾਉਂਗਾ ਸਫਲ ਕਿੱਥੇ ਹੈ ਕਿੱਥੇ ਸਫਲ ਭਾਬੀ ਰੋਣਾ ਪੈਣੇ ਇਹ ਕਰ ਬੇਬੇ ਦਾ ਮੈਂ ਕੰਧਾਂ ਟਾਉਂਗਾ ਰੋਕ ਲਾ ਜੀ ਨਾ ਰੋਕਣਾ ਸਫਲ ਕਿੱਥੇ ਹੈ Thank you.
ਚਾਵਚ ਪੰਜ ਚਾਵਚ ਬਸ ਬਸ ਆਹੀ ਤਜਰਬਾ ਦੇਖਣ ਨੂੰ ਰਹਿ ਗਿਆ ਸੀਗਾ। ਓਏ ਦਾਦਾ ਇਹ ਕੰਧ ਬਰਾ ਤੁਹਾਡੀ ਅਸੀਂ ਰੱਖੜੀ ਬਣਾਉਣ ਆਏ ਹਾਂ ਭੈਣੇ, ਆ ਜਾਓ ਵੀਰੇ। ਕੰਧਾਂ ਹਿਫਾਜ਼ਤ ਵਾਸਤੇ ਹੁੰਦੀਆਂ ਹੈ, ਬਟਵਾਰੇ ਵਾਸਤੇ ਨਹੀਂ। ਬਟਵਾਰਿਆਂ ਚ ਚੋਰੇ ਨੇ ਤੇ ਸਾਂਝਾਂ ਚ ਹਾਸੇ ਨੇ। ਖੁਸ਼ ਰਹੋ। ਜ਼ਿਕਰ ਨਾ ਸਾਡਾ ਐਸੀ ਕੋਈ ਟਾਣੀ ਨਹੀਂ। ਜੱਚਦੇ ਚਮਚੇ ਗੱਡੀਆਂ ਵਿੱਚ ਆੜੀ ਨੀ। ਹੁਸਨ ਹੂਰ ਦਾ ਫਿੱਕੀਆਂ ਰਾਨਣਾ ਵੇ, ਦਿਲ ਹੀ ਬਸ